jet line truck and trailer virginia state line ਤੇ ਲੈ ਕੇ ਆਏ ਨੇ truck and trailer repair shop interstate 81 ਦੇ exit 323 opposite flying jet truck shop ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050 ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਅੱਜ ਦਿਨ ਹੈ ਜੀ ਸੋਮਵਾਰ 3 ਤਰੀਕ ਐ 16 ਜਨਵਰੀ ਤੇ ਸਮਾਂ ਸ਼ਾਮ ਦੇ 6:30 ਵਜੇ ਦਾ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਪੇਜ YouTube ਚੈਨਲ ਅਤੇ ਰੇਡੀਓ ਪੰਜਾਬ ਟੂਡੇ ਦੀ ਐਪ ਤੇ ਸੁਣ ਰਹੇ ਹੋ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਪਿੰਡ ਪੈਣੀਵੜੇਂਗਾ ਜਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ ਜਗਜੀਤ ਸਿੰਘ ਲੰਡਨ ਵੱਲੋਂ ਵਾਸ਼ਿੰਗਟਨ ਫ੍ਰੀਟ ਸਰਵਿਸ ਜਿਹੜੀ ਸ਼ਟਲ ਇਰੀਗੇਚ ਉਹਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ ਤੇ ਇੰਗਲਿਸ਼ ਕਰਦੇ ਨੇ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਦੇ ਨਾਲ 206 3544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਐਡੀਸ਼ਨ ਕਰਾਉਣੀ ਹੈ ਜਾਂ ਸਿਟੀ ਦੀ ਓਬਜੈਕਸ਼ਨ ਰਿਮੂਵ ਕਰਾਉਣੀ ਹੈ ਤਾਂ ਸ਼ੈਟਲ ਏਰੀਆ ਦੇ ਵਿੱਚ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ ਨੇ ਡਾਕਟਰ ਹਰਮਿੰਦਰ ਗਿੱਲ ਫੋਨ ਨੰਬਰ ਹੈ 4087377100 ਤੇ ਕਾਲ ਕਰਕੇ ਅਪਾਇੰਟਮੈਂਟ ਬਣਾਓ ਤੁਹਾਡੇ ਰੀਫਰ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਗਈ ਹੈ ਯੂਨਿਟ ਚ ਆ ਗਈ ਹੈ ਗੈਸ ਲੀਕ ਹੋ ਗਈ ਹੈ ਜਾਂ ਸੈਮੀ ਜੀ ਦਾ ਕਿਸੇ ਵੀ ਇੰਜਨ, ਟਰਾਂਸਮਿਸ਼ਨ, ਗਿਅਰ, ਬ੍ਰੇਕਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਹਮੇਸ਼ਾ ਯਾਦ ਰੱਖੋ ਮਾਲਵਾ ਟਰੱਕ ਲਾਈਨ ਐਂਡ ਟਰੇਲਰ ਪੇਰ ਸਰਵਿਸ 1024 ਰੈ residancy ਰੋਡ ਮਨਾਸਸ 8043728800 ਤੇ ਕਾਲ ਕਰ ਸਕਦੇ ਹੋ ਪੰਜਾਬ ট্রাক ਐਂਡ ਟ੍ਰੇਲਰ ਪੇਅਰ 1315 ਵੈਸਟਰਨ ਨਾ ਨਾ ਇਵੈਨ ਇੰਡੀਆਨ ਐਪਲਸ ਆਪਣੇ ਪੰਜਾਬੀਆਂ ਦੀ ট্রাক ਸ਼ਾਪ ਹੈ ਜੀ ਬੜੀਆਂ ਵਧੀਆ ਮਸ਼ੀਨਾਂ ਖੁੱਲੀ ਪਾਰਕਿੰਗ ਹੈ ਡੀਓਟੀ ਸੇਫਟੀ ਤੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਵੀ ਇਹਨਾਂ ਕੋਲੇ ਹਰ ਵਕਤ ਉਪਲਬਧ ਨੇ ਏਸੀ ਵਰਕ ਵੀ ਕਰਦੇ ਆ ਜੀ ਫੋਨ ਨੰਬਰ 3179797205 ਜਾਂ 6612045818 ਤੇ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਬੁੱਕ ਕੀਪਿੰਗ ਬਿਜ਼ਨਸ ਟੈਕਸਿਸ ਦੇ ਲਈ ਐਕੂਰੇਟ ਐਂਡ ਅਕਾਊਂਟ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253520886 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਲੋਕੇਸ਼ਨ ਹੈ 24915104 ਐਵੇਨਿਊ ਕੈਂਟ ਵਿਸ਼ਿੰਗਟਨ ਤੇ ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੇ ਡਾਈਨ ਇਨ ਕਰੋ ਜਾਂ ਫੂਡ ਆਰਡਰ ਕਰੋ ਜਾਂ ਫਿਰ ਇਹਨਾਂ ਤੋਂ ਕੈਟਰਿੰਗ ਕਰਵਾਓ ਫੋਨ ਨੰਬਰ ਹੈ ਜੀ 206 3531699 ਲੋਕੇਸ਼ਨ ਐਟ 23609104 ਰੇਵਨਿਊ ਕੈਂਟ ਵਿਸ਼ਿੰਗਟਨ ਦੇ ਵਿੱਚ ਟਿਲਸਬ ਸਾਸਰੀ ਗਾਂਧੀ ਸਾਸਰੀ ਗਾਂਧੀ ਟਿਲਸਬ ਤੁਹਾਨੂੰ ਯਾਦ ਹੋਣਾ ਬਠਿੰਡੇ ਰੌਲਾ ਹਮੇਸ਼ਾ ਹੀ ਪੈਂਦਾ ਗੁੰਡਾ ਟੈਕਸ ਜਿਵੇਂ ਗੁੰਡਾ ਟੈਕਸ ਆਪਾਂ ਬੰਗਾਲ ਬਿਹਾਰ ਯੂਪੀ ਇਧਰ ਸੁਣਦੇ ਹੁੰਦੇ ਸੀ ਵੀ ਗੁੰਡਾ ਟੈਕਸ ਲੱਗਦਾ ਹੈ ਜੀ ਪਰ ਬਠਿੰਡੇ ਦੇ ਵਿੱਚ ਗੁੰਡਾ ਟੈਕਸ ਨੇ ਬੜੀ ਚਰਚਾ ਕਰਾਈ ਸੀ ਪਹਿਲਾਂ ਕਾਲੀਦਲ ਵੇਲੇ ਤੇ ਫਿਰ ਜਦੋਂ ਕੈਪਟਨ ਦੀ ਸਰਕਾਰ ਆਈ ਉਦੋਂ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਸੁੱਖ ਦਾ ਸਾਹ ਆ ਜੇ ਪਰ ਪਤਾ ਤਾਂ ਉਦੋਂ ਲੱਗਿਆ ਵੀ ਜਦੋਂ ਉਦੋਂ ਉਤੋਂ ਡਿਗ ਡਿਗ ਹੋ ਕੇ ਬੰਦੇ ਪੈਣ ਲੱਗ ਪਏ ਬਿਲਕੁਲ ਤੁਹਾਨੂੰ ਤੁਹਾਡੀ ਗੱਲ ਠੀਕ ਹੈ ਵੈਸੇ ਗੁੰਡਾ ਟੈਕਸ ਦੀ ਜਦੋਂ ਆਪਾਂ ਗੱਲ ਕਰਦੇ ਆ ਜੀ ਇਹਦੀ ਸ਼ੁਰੂਆਤ ਹੁੰਦੀ ਹੈ ਯੂਪੀ ਚੋਂ ਹਮਮ ਜੁਪੀ ਤੇ ਫਿਰ ਜੁਪੀ ਤੋਂ ਬਾਅਦ ਆਉਂਦੀ ਹੈ ਵਿਹਾਰ ਹਮ ਹਮ ਜੁਪੀ ਦੇ ਵਿੱਚ ਜਦੋਂ ਆਪਾਂ ਗੈਂਗਸਟਰਾਂ ਦੀ ਗੱਲ ਕਰਦੇ ਹਾਂ ਉਹ ਬੰਦੇ ਕੌਣ ਸੀ ਜੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਤਾਂ ਉਹ ਐ ਜਿਹੜੇ ਐਮਐਲਏ ਵੀ ਬਣੇ ਐਮਪੀ ਵੀ ਬਣ ਗਏ ਹਮ ਹਮ ਸੈਂਟਰ ਦੇ ਵਿੱਚ ਵੀ ਵਜ਼ੀਰ ਰਹੇ ਤੇ ਸੂਬਾ ਸਰਕਾਰ ਦੇ ਵਿੱਚ ਵੀ ਵਜ਼ੀਰ ਰਹੇ ਹਮ ਹਮ ਉਹ ਮਾਈਨਿੰਗ ਵੀ ਕਰਦੇ ਹੁੰਦੇ ਜੀ ਤੇ ਜਿੱਥੇ ਕੰਸਟਰਕਸ਼ਨ ਦਾ ਕੰਮ ਹੁੰਦਾ ਹਮ ਹਮ ਖਾਸ ਕਰਕੇ ਜੇ ਆਪਾਂ ਦੇਖੀਏ ਰੇਲਵੇ ਦੀ ਲਾਈਨ ਪਉਣੀ ਹੈ ਜੀ ਰੇ ਵੀ ਦੀ ਲੇਨ ਪਾਉਂਦਾ ठेका ਕਿਸੇ ਕੋਲੇ ਵੀ ਹੁੰਦਾ ਤੇ ਠੇਕੇਦਾਰ ਕੰਮ ਨਹੀਂ ਕਰ ਸਕਦਾ ਸੀ ਜਿੰਨੀ ਦਰ ਉਹਨਾਂ ਦੀ ਹਾਂ ਨਾ ਗੁੰਡਾ ਟੈਕਸ ਨਾ ਦਿੰਦਾ ਪਰਸੈਂਟੇਜ ਹਮ ਹਮ ਟੋਟਲ ਕਿੰਨਾ ਉਹਨੇ ਕੰਮ ਲਿਆ ਹਮ ਹਮ ਕਿੰਨੇ ਪੈਸੇ ਦਾ ਕੰਮ ਲਿਆ ਉਹਦੇ ਵਿੱਚੋਂ ਉਹਦਾ ਮੁਨਾਫਾ ਕਿੰਨਾ ਹੋਣਾ ਤੇ ਮੁਨਾਫੇ ਦੇ ਵਿੱਚੋਂ ਜਿਹੜੇ ਉਹ ਸਲਕੇ ਦੇ ਗੁੰਡੇ ਹੈ ਜੀ ਜਾਂ ਜਿਹੜੇ ਪੋਲੀਟੀਕਲ ਬੰਦੇ ਹੈ ਤੇ ਉਹਨਾਂ ਨੇ ਕਿਹਾ ਵੀ ਸਾਡਾ ਹਿੱਸਾ ਬਣਦਾ ਹੈ ਹਮ ਹਮ ਸਾਡਾ ਗੁੰਡਾ ਟੈਕਸ ਦੀ ਇਹ ਗੱਲ ਉੱਥੋਂ ਸ਼ੁਰੂ ਹੋਈ ਸੀ ਜੀ यूपी ਦੇ ਗੈਂਗਸਟਰਾਂ ਦੇ ਮੁਕਾਬਲ ਤਨ ਜੇ ਆਪਾਂ ਪੰਜਾਬ ਦੇ ਹੂੰ ਹੂੰ ਡਕੈਤਾਂ ਦੀ ਗੱਲ ਕਰੀਏ ਜੀ ਤੁਸੀਂ ਦੇਖੋ ਇੱਕ ਟਾਈਮ ਹੁੰਦਾ ਸੀ ਜਦੋਂ ਪੰਜਾਬ ਦੇ ਵਿੱਚ ਡਕੈਤ ਹੁੰਦੀ ਸੀ ਹੂੰ ਹੂੰ ਤੇ ਉਹਨਾਂ ਡਕੈਤਾਂ ਨੂੰ ਕਈ ਵਾਰੀ ਲੋਕ ਆ ਰੋਬਰਟ ਹੁੱਡ ਦੇ ਰੂਪ ਵਿੱਚ ਵੀ ਦੇਖਦੇ ਸੀ ਬਿਲਕੁਲ ਦੇਖਦੇ ਸੀ ਜੀ ਅੱਜ ਵੀ ਲੋਕ ਬਣਦੇ ਤਾਂ ਉਹਵੇਂ ਹੀ ਆ ਕੰਮ ਤਾਂ ਉਹੀ ਕਰਦੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਉਹ ਹੁੰਦੇ ਸੀ ਜਿਹੜੇ ਆਪਣੇ ਸਿਸਟਮ ਦੇ ਉੱਤੋਂ ਅੱਕੇ ਹੋਏ ਹੂੰ ਹੂੰ ਕਾਰੋਬਾਰ ਛੱਡ ਕੇ ਬਾਹਰ ਚਲੇ ਜਾਂਦੇ ਪਿੰਡ ਦੇ ਜਿਹੜੇ ਜ਼ਕੀਰਦਾਰ ਹੁੰਦੇ ਸੀ ਵੱਡੇ ਵੱਡੇ ਹੂੰ ਹੂੰ ਜਿਹੜੇ ਰਾਜਿਆਂ ਮਹਾਰਾਜਿਆਂ ਦੇ ਰਿਸ਼ਤੇਦਾਰ ਹੁੰਦੇ ਸੀ ਉਹਨੂੰ ਜ਼ਮੀਨਾਂ ਦੇ ਮਾਲਕ ਹੁੰਦੇ ਸੀ ਉਹ ਤੱਕ ਪਰੇਸ਼ਾਨ ਕਰਦੇ ਸੀ ਹੂੰ ਹੂੰ ਤੀਆਂ ਪੈਣਾ ਤੇ ਮਾੜੀ ਅੱਖ ਰੱਖਦੇ ਸੀ ਜੀ ਗੈਰਤਮੰਦ ਲੋਕ ਉਹਦੋਂ ਜਿਹੜੇ ਹੈਗੇ ਆ ਫਿਰ ਉਹ ਅੰਡਰਗਰਾਉਂਡ ਹੋ ਜਾਂਦੇ ਸੀ ਉਹ ਦਾਕਾਤ ਬਣ ਜਾਂਦੇ ਸੀ ਹੂੰ ਹੂੰ ਵੱਡਿਆਂ ਨੂੰ ਲੁੱਟਦੇ ਹੁੰਦੇ ਸੀ ਤੇ ਛੋਟਿਆਂ ਦੀ ਕਰਦੇ ਹੁੰਦੇ ਸੀ ਮਦਦ ਮਦਦ ਤੇ ਦਾਨੇੜੀਆ ਸਾਹਿਬ ਮੈਨੂੰ ਫਿਰ ਯਾਦ ਆ ਉਸ ਦੌਰ ਦੇ ਵਿੱਚ ਦੇਖੋ ਵੀ ਜਿਹੜੀ ਸ਼ਹਿਰਾਂ ਦੇ ਵਿੱਚ ਮਾਈਗ੍ਰੇਸ਼ਨ ਹੋਈ ਸੀ ਪਿੰਡਾਂ ਤੋਂ ਹੂੰ ਹੂੰ ਉਦੋਂ ਅਮੀਰ ਬੰਦੇ ਸ਼ਹਿਰਾਂ ਚ ਆ ਕੇ ਰਹਿੰਦੇ ਸਨ ਬਿਲਕੁਲ ਸਹੀ ਮੰਡੀਆਂ ਚ ਰਹਿਣ ਲੱਗੇ ਸੀ ਤੇ ਜਿਹੜੇ ਬਾਲੇ ਅਮੀਰ ਸੀ ਉਹ ਫਿਰ ਦਿੱਲੀ ਕਈ ਕਈ ਪਿੰਡਾਂ ਦੇ ਮਾਲਕ ਹੁੰਦੇ ਸੀ ਉਹ ਪਟਿਆਲੇ ਰਹਿਣ ਲੱਗੇ ਸੀ ਸਾਡੀ ਵਿਆਸਤ ਦੀ ਗੱਲ ਆਪਾਂ ਪਟਿਆਲੇ ਦੀ ਗੱਲ ਕਰਦੇ ਆ ਕਿ ਕੋ ਰਾਜਾ ਮਹਾਰਾਜਾਂ ਦੇ ਨੇੜੇ ਹੁੰਦੇ ਸੀ ਉਹ ਜਾ ਕੇ ਉੱਥੇ ਰਹਿ ਪੈਂਦੇ ਸੀ ਉਹ ਕਈ ਵਾਰੀ ਪ੍ਰਮੁਖਬਲੇ ਚ ਮਾਰੇ ਜਾਂਦੇ ਤੇ ਇੱਕ ਸਮਾਂ ਉਹ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਪੁਰਾਣੇ ਬਜ਼ੁਰਗ ਜਿਹੜੇ ਅੱਜ ਕੱਲ ਤਾਂ ਮਤਲਬ ਦੁਨੀਆ ਚ ਨਹੀਂ ਰਹੇ ਲੇਕਿਨ ਆਪਣੀ ਪੀੜ੍ਹੀ ਦੇ ਲੋਕ ਜੀ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਤੋਂ ਪੁਰਾਣੀਆਂ ਕਹਾਣੀਆਂ ਸੁਣੀਆਂ ਹੂੰ ਹੂੰ ਉਹ ਗੱਲ ਕਰਦੇ ਹੁੰਦੇ ਰੌ ਰਾਜ ਰੌ ਰਾਜ ਇੱਕ ਰੌ ਰਾਜ ਆਇਆ ਸੀ ਹੂੰ ਹੂੰ ਰੌ ਜਿਹੜਾ ਹੈਗਾ ਉਹ ਇੱਕ ਲੈਫਟੀਨੈਂਟ ਗਵਰਨਰ ਜਾਂ ਗਵਰਨਰ ਵਰਗਾ ਬੰਦਾ ਲਾਇਆ ਸੀ ਪੰਜਾਬ ਦੇ ਵਿੱਚ ਜੀ ਤੇ ਉਸ ਬੰਦੇ ਨੇ ਫਿਰ ਉਸ ਵੇਲੇ ਜਿਹੜੇ ਹੈਗੇ ਉਹ ਡਕੈਤ ਸੀਗੇ ਜਿਹੜੇ ਜਿਹੜੇ ਰੋਬਨ ਹੁੱਡ ਕਹਿ ਲਿਆ ਆਪਾਂ ਨੂੰ ਉਹਨਾਂ ਨੇ ਚੁੱਕ ਚੁੱਕ ਕੇ ਮਾਰਿਆ ਸੀ ਤੇ ਖਤਮ ਕੀਤਾ ਸੀ ਜੀ ਲੈਰਾ ਪੰਜਾਬ ਦੇ ਵਿੱਚ ਬੜੀਆਂ ਉਠੀਆਂ ਬਾਗੀ ਲੈਰਾ ਹੂੰ ਹੂੰ ਲੇਕਿਨ ਪੰਜਾਬ ਦੇ ਵਿੱਚ ਆ ਗੈਂਗਸਟਰਾਂ ਵਾਲਾ ਚਲਨ ਜਿਹੜਾ ਆਇਆ ਆਇਆ ਇਹ ਜੁਪੀ ਬਿਹਾਰ ਤੋਂ ਆਇਆ ਉੱਥੋਂ ਹੀ ਪੈਰ ਤਾਂ ਉੱਥੇ ਵੀ ਤਾਂ ਉੱਥੋਂ ਹੀ ਇੰਦਰ ਆਇਆ ਉੱਥੇ ਆਇਆ ਉੱਥੋਂ ਮੈਂ ਤੁਹਾਨੂੰ ਦੱਸਣਾ ਵੀ ਸ਼ੁਰੂ ਦੇ ਵਿੱਚ ਕੀ ਸੀ ਹੂੰ ਹੂੰ ਸ਼ੁਰੂ ਦੇ ਵਿੱਚ ਇਹ ਗੈਂਗਸਟਰ ਕਿਹਾ ਜਾਂਦਾ ਜਦੋਂ ਐਫਸੀਆਈ ਦੇ ਠੇਕੇ ਹੁੰਦੇ ਸੀ ਜੀ ਬਿਲਕੁਲ ਐਫਸੀਆਈ ਦੇ ਠੇਕੇ ਵੱਡੇ ਬੰਦੇ ਲੈ ਲੈਂਦੇ ਤੇ ਜੇ ਕੋਈ ਹੋਰ ਠੇਕੇਦਾਰ ਉੱਥੇ ਠੇਕਾ ਤੇ ਆਪਣਾ ਟੈਂਡਰ ਪਾਉਣ ਵਾਲਾ ਤੇ ਉਹਨੂੰ ਖੜਕਾਉਂਦੇ ਉਹਨੂੰ ਕੁੱਟਦੇ ਹੂੰ ਹੂੰ ਤੇ ਜੇ ਕਈ ਵਾਰੀ ਟੈਂਡਰ ਲੈ ਲੈਂਦਾ ਇਕਲਾ ਫਾਰਮ ਲੈ ਲੈਂਦਾ ਤੇ ਉਹਨੂੰ ਟੈਂਡਰ ਪਾਉਣ ਨਹੀਂ ਦਿੰਦੇ ਸੀ ਤੇ ਟੈਂਡਰ ਖੋਲ੍ਹਦੇ ਸੀ ਹੂੰ ਹੂੰ ਪੁਲਸ ਜਿਹੜੀ ਹੈਗੀ ਆ ਉਹ ਅੱਖਾਂ ਵਿੱਚ ਲੈਂਦੀ ਸੀ ਹੂੰ ਹੂੰ ਅਫਸਰ ਜਿਹੜੇ ਉਹ ਨਾਲ ਰਲੇ ਹੁੰਦੇ ਸੀ ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਹੁੰਦਾ ਤੇ ਫਿਰ ਉਸ ਦੌਰ ਦੇ ਵਿੱਚ ਤੁਸੀਂ ਦੇਖੋ ਅੱਜਕੱਲ ਕਬੜੀ ਗੱਲ ਆ ਰਹੀ ਹੈ ਕੇ ਜੀਐਫਪੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਕਈ ਥਾਵਾਂ ਤੇ ਜੀ ਸੀਬੀਆਈ ਨੇ ਰੈਡਾਂ ਕੀਤੀ ਹੈ ਹਾਂਜੀ ਹਾਂਜੀ ਫਸੀ ਦੇ ਅਧਿਕਾਰੀਆਂ ਤੇ ਉਤੇ ਇੰਨਾ ਪੈਸਾ ਫੜਿਆ ਗਿਆ ਜੀ ਕਿ ਤਾਂ ਮੈਡਮ ਦਾ ਜ਼ਿਕਰ ਆ ਗਿਆ ਸੀ ਹੂੰ 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 ਕਹਿੰਦੇ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਹੀ ਕਈ ਲੱਖ ਰੁਪਏ ਆ ਗੱਮੀ ਬੈਠੀ ਹੋਣੀ ਆਸੇ ਪਾਸੇ ਹਾਂ ਆ ਕਈ ਲੱਖ ਰੁਪਏ ਕੱਪੜੇ ਧੋਣ ਵਾਲੀ ਮਸ਼ੀਨ ਚ ਪਿਆ ਸੀ ਹੂੰ ਹੂੰ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਇੱਕ ਨੋਟ ਰੱਖਣ ਦੀ ਨੌਬਤ ਉਦੋਂ ਆਉਂਦੀ ਜਦੋਂ ਨੋਟ ਸਭ ਦੇ ਨਾ ਹੋਣ ਜੀ ਬਿਲਕੁਲ ਪੰਜਾਬੀ ਚ ਆਪਣੇ ਕਹਾਵਤ ਹੈ ਕਿ ਬੱਕਰੀ ਨੋਟ ਨਹੀਂ ਖਾਂਦੀ ਨੋਟ ਨਹੀਂ ਖਾਂਦੀ ਬਿਲਕੁਲ ਜਦੋਂ ਬੱਕਰੀ ਨੋਟ ਖਾਣੋਂ ਵੱਟ ਜੇ ਨਾ ਤੋਂ ਮਸ਼ੀਨਾ ਚ ਉਹ ਲੁਕੋਏ ਜਾਂਦੇ ਹੈ ਤੇ ਇਹ ਜਾਣ ਲੱਗਿਆ ਸਭ ਜ ਗੁੰਡਾ ਟੈਕਸ ਦਾ ਇਹ ਉਦੋਂ ਦਾ ਚੰਦਾ ਹੈ ਜੀ ਫਿਰ ਚਲਦੇ ਚਲਦੇ ਇੰਡਸਟਰੀਲਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਪੰਜਾਬ ਦੀ ਸੰਨਤੀ ਵਿਕਾਸ ਹੋਣਾ ਜ਼ਰੂਰੀ ਹੈ ਜੀ ਜੀ ਬਿਲਕੁਲ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਹੈ ਅਕਾਲੀ ਦਲ ਦੇ ਰਾਜ ਦੇ ਵਿੱਚ ਤਾਂ ਮੇਰੇ ਖਿਆਲ ਨਾਲ ਸੰਨਤੀ ਵਿਕਾਸ ਹੋ ਜਾੜੇ ਵਾਲੇ ਪਾਸੇ ਚਲਾ ਗਿਆ ਸੀ ਬਿਲਕੁਲ ਇਹ ਉਹ ਦੌਰ ਹੈ ਜਦੋਂ ਹਮਮ ਸਰਦਾਰ ਸੁਖਵੀਰ ਸਿੰਘ ਬਾਦਲ ਕੇਂਦਰ ਦੇ ਵਿੱਚ ਇੰਡਸਟਰੀ ਦੇ ਰਾਜ ਮੰਤਰੀ ਹੁੰਦੇ ਸੀ ਸਟੇਟ ਮਿਨਿਸਟਰ ਹਮਮ ਤੇ ਹਰਸਾ ਸਾਹਿਬ ਹੁੰਦੇ ਸੀਗੇ ਕੈਬਨਟ ਮੰਤਰੀ ਜੀ ਬਾਜਪਾਈ ਸਾਹਿਬ ਦੀ ਸਰਕਾਰ ਚ ਹਮ ਹਮ ਤੇ ਉਦੋਂ ਜਿਹੜਾ ਪਹਾੜੀ ਰਾਜਾਂ ਨੂੰ ਹਮ ਹਮ ਟੈਕਸਾਂ ਦੇ ਵਿੱਚ ਛੋਟ ਦਿੱਤੀ ਸੀ ਹੌਲੀਡੇ ਕਹਿੰਦੇ ਸੀ ਜੀ ਜੀ ਉਹ ਟੈਕਸਾਂ ਦੇ ਵਿੱਚ ਛੋਟ ਦਿੱਤੀ ਸੀ ਤੇ ਸਾਡੇ ਇੱਥੋਂ ਜਿਹੜੀ ਇੰਡਸਟਰੀ ਹੈ ਫਿਰ ਉਹ ਹਿਜਰਤ ਕਰ ਗਈ ਸੀ ਹਮ ਹਮ ਪਲਾਨ ਕਰ ਗਈ ਸੀ ਜਾਂ ਮਾਈਗ੍ਰੇਟ ਹੋ ਗਈ ਸੀ ਉੱਤਰਾਖੰਡ ਨੂੰ ਜੀ ਔਰ ਹਮਾਚਲ ਹਮਾਚਲ ਪ੍ਰਦੇਸ਼ ਨੂੰ ਉਦੋਂ ਕਾਫੀ ਸਾਡਾ ਨੁਕਸਾਨ ਹੋਇਆ ਸੀ ਹਮ ਹਮ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਗੁੰਡਾ ਟੈਕਸ ਚੱਲਦਾ ਰਿਹਾ ਸੀ ਹਮ ਹਮ ਉਹ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਆਲੀਏਗੀ ਸਰਕਾਰ 2002 ਤੋਂ ਲੈ ਕੇ 2007 ਜੀ ਉਹ ਸਰਕਾਰ ਦਾ ਦੌਰ ਚੰਗਾ ਸੀ ਹੂੰ ਹੂੰ ਕਿਉਂਕਿ ਇੱਕ ਤਾਂ ਲੋਕ ਪੰਨੇ ਪਏ ਸੀਗੇ ਪੁਰਾਣੇ ਉਹ ਜਿਹੜਾ ਮਿਲਟੈਂਟ ਸੀ ਉਹ ਦਾ ਹੂੰ ਹੂੰ ਦੂਜਾ ਜਿਹੜਾ ਫਿਰ ਜਿਹੜਾ ਤੁਹਾਡਾ 97 ਤੋਂ ਲੈ ਕੇ 2002 ਤੱਕ ਬਾਦਲ ਸਾਹਿਬ ਦੀ ਸਰਕਾਰ ਰਹੀ ਜੀ ਉਹਦੇ ਵਿੱਚ ਬੜਾ ਕੁਝ ਹੁੰਦਾ ਰਿਹਾ ਸੀ ਉਹਦਾ ਦੌਰ ਰੇ ਪੈਸਾ ਤੇ ਲਾਉਦੋਂ ਬੜਾ ਲੁੱਟਿਆ ਗਿਆ ਸੀ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਬਣਿਆ ਤੇ ਫਿਰ ਇਹਦੇ ਸਭ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਉਹ ਫੜਿਆ ਸੀਗਾ ਰਵੀ ਸਿੱਧੂ ਜੀ ਬਿਲਕੁਲ ਕ腐ਸ਼ਨ ਦੇ ਮਾਮਲੇ ਜਿਵੇਂ ਹੁਣ ਫੜੇ ਜਾ ਰਹੇ ਹਨ ਅਫਸਰ ਉਹਦੋਂ ਇਹ ਨਹੀਂ ਉਹ ਫੜਿਆ ਸੀਗਾ ਜਿਵੇਂ ਹੁਣ ਵਾਲੀ ਸਰਕਾਰ ਦੀ ਮਹਿਮਾ ਹੋ ਰਹੀ ਹੈ ਹਮਮ ਕ腐ਸ਼ਨ ਦੇ ਮੁੱਦੇ ਤੇ ਖਾਸ ਕਰਕੇ ਕਿ ਤੁਸੀਂ ਵੱਡੇ ਵੱਡੇ ਅਫਸਰਾਂ ਨੂੰ ਫੜਿਆ ਹੋਇਆ ਜੀ ਜੀ ਉਹਦੋਂ ਅਮਰਿੰਦਰ ਸਿੰਘ ਦੀ ਵੀ ਮਹਿਮਾ ਹੋਈ ਸੀ ਜੀ ਇਹਨੇ ਤਾਂ ਰਵੀ ਸਿੱਧੂ ਵਰਗੇ ਲੋਕਾਂ ਨੂੰ ਹੱਥ ਪਾਇਆ ਹਮਮ ਤੇ ਫਿਰ ਜਿਹੜਾ ਅਗਲਾ ਦੌਰ ਆ ਗਿਆ ਤਾਂ ਨਿਹੜਿਆ ਸਾਹਿਬ ਜੀ 7 ਤੋਂ ਲੈ ਕੇ 17 ਵਾਲਾ ਹਮਮ ਉਹਦੋਂ ਦਾ ਫਿਰ ਜਿਹਦੇ ਹੱਥ ਜੋ ਆਇਆ ਲੇ ਗਿਆ ਪਰ ਮਨਾਂ ਦੀਆਂ ਭੋਲਾ ਲਾ ਲੀਆਂ ਹੂੰ ਹੂੰ ਤੁਸੀਂ ਇਹ ਦੇਖਿਆ ਨਾ ਕਿ ਜਿਹੜੇ ਬੰਦੇ ਨੂੰ ਸਾਈਕਲ ਨਸੀਬ ਨਹੀਂ ਹੁੰਦਾ ਸੀ ਹੂੰ ਹੂੰ ਉਹਨਾਂ ਦਾ ਸਾਲਾਂ ਦੇ ਵਿੱਚ ਉਹਨਾਂ ਕੋਲੇ ਫਾਰਚੂਨਰ ਗੱਡੀ ਫਾਰਚੂਨਰ ਆ ਵੱਡੇ ਵੱਡੇ ਮਹਿਲ ਪਾ ਲਏ ਜੀ ਵੱਡੇ ਵੱਡੇ ਮਹਿਲ ਪਾ ਲਏ ਤੇ ਜਦੋਂ ਕਹਿੰਦੇ ਹੁੰਦੇ ਸੀ ਵੀ ਅਗਰ ਬਾਦਲ ਨੇ ਜਿਵੇਂ ਬਾਹਰ ਉਹ ਇੱਟ ਨਾਲ ਇੱਟ ਲਾ ਕੇ ਬਣਾਈ ਹੈ ਨਾ ਉਵੇਂ ਬਣਾਉ ਅਰੀਸ ਕਰ ਕਰਕੇ ਬਾਈ ਸਾਰੀ ਸਾਰੀ ਸਾਂ ਉਹ ਤਾਂ ਗੱਲੇ ਨੇ ਵੀ ਅਮਰਿੰਦਰ ਸਿੰਘ ਨੂੰ ਜਿਹੜਾ ਉਹ ਕੂੜੀ ਤੋਂ ਥੱਲੇ ਤੱਕ ਜਿਹੜਾ ਕੀ ਕੰਮ ਨੂੰ ਕਿਹੜੀ ਬਾਹ ਕਹਾਂਗੇ ਉਹ ਬਾਹ ਵਾਲੇ ਕੁਰਤੇ ਵਿੱਚ ਵੀ ਪਹਿਨੇ ਸ਼ੁਰੂ ਹੋ ਗਏ ਸੀ ਚੂੜੀਦਾਰ ਪਜਾਮੇ ਪਹਿਨੇ ਸ਼ੁਰੂ ਹੋ ਗਏ ਸੀ ਉਹ ਮੇਰੇ ਯਾਦ ਹੈ ਇੱਕ ਸਾਡਾ ਮਿੱਤਰ ਹੁੰਦਾ ਡੀਪੀਆਰ ਉਹ ਰਹਿਣੂ ਇਸ ਦੁਨੀਆ ਦੇ ਵਿੱਚ ਉਹਦੇ ਕੋਲੇ ਕੜੀ ਮੁਕਸਰ ਦਾ ਚਾਰਜ ਆ ਗਿਆ ਹੂੰ ਹੂੰ ਤੇ ਉਹਨੇ ਮੈਨੂੰ ਆ ਕੇ ਦੱਸੀ ਗੱਲ ਕਹਿੰਦੇ ਅਸੀਂ ਯਾਰ ਜੀ ਪੱਤਰਕਾਰਾਂ ਨੂੰ ਲੈ ਕੇ ਤੇ ਜਦੋਂ ਪਿੰਡ ਦੇ ਵਿੱਚ ਜਾਂਦੇ ਨੇ ਜਦੋਂ ਕਿਤੇ ਮੋੜ ਤੋਂ ਗੱਡੀ ਮੁੜਦੀ ਤੇ ਉਹ ਦੇਖਦੇ ਵੀ ਆਹ ਮੋੜ ਤੇ ਬਾਹਰ ਵੱਡੀ ਸਾਰੀ ਹਵੇਲੀਆਂ ਵੀ ਇਹ ਕਿਵੇਂ ਉਹ ਕਹਿੰਦੇ ਜੀ ਸੰਗਤ ਦਰਸ਼ਨ ਹੂੰ ਇਹ ਹਵੇਲੀਆਂ ਸੰਗਤ ਦਰਸ਼ਣਾਂ ਤੋਂ ਨਿਕਲੀਆਂ ਨੇ ਸੰਗਤ ਦਰਸ਼ਣਾਂ ਦੇ ਵਿੱਚੋਂ ਉਹ ਤੋਂ ਪੈਸਾ ਦਿੱਤਾ ਸੀ ਉਹਦੇ ਵਿੱਚੋਂ ਸਰਪੰਚਾਂ ਦੀਆਂ ਨਿਕਲੇਗਾ ਹਵੇਲੀਆਂ ਹਵੇਲੀਆਂ ਤੇ ਵੱਡੇ ਵੱਡੇ ਫਿਰ ਜਿਹੜੇ ਸੀਗੇ ਜਿਹੜੇ ਉਹ ਸਾਈਕਲ ਵਾਲੇ ਹੁੰਦੇ ਸੀਗੇ ਤੇ ਫਿਰ ਉਹ ਬਿੰਗਾ ਚ ਆ ਕੇ ਵੀ ਇਹ ਫਲਾਣੇ ਪਿੰਡ ਦਾ ਲੀਡਰ ਹੈ ਜੀ ਇਹ ਠਮਕੇ ਬਿੰਗਾ ਦਾ ਲੀਡਰ ਹੈ ਉਹਨਾਂ ਨੇ ਮਾਈਨਿੰਗ ਵਾਲੇ ਪਾਸੇ ਫਿਰ ਤਰਿਆ ਸੀ ਸੰਸਥਾ ਤੇ ਮੈਨੂੰ ਫਿਰ ਫਾਜ਼ਲ ਕਾ ਤੋਂ ਲੈ ਕੇ ਕਿ ਤੋ ਤੱਕ ਉਹ ਮੈਂ ਤਾਂ ਸਿੱਧਾ ਲੈਣਾ ਜੀ ਕੀਰੀਆਂ ਢੇਰੀਆਂ ਉਹ ਪਠਾਨਕੋਟ ਤੋਂ ਲੈ ਕੇ ਰਾਵੀ ਤੋ ਉੱਤੇ ਫਿਰ ਈਠਾਂ ਤੱਕ ਚੱਲਣ ਦੇ ਤੁਹਾਡੇ ਮੈਂ ਯਾਦ ਕਰਉਣਾ ਦਾਨੇਵਾਲੀਆ ਸਾਹਿਬ ਹਮ ਆਪਾਂ ਦੋ ਮੈਂ ਤੁਹਾਡੇ ਨਾਲ ਸੀ ਹਮ ਹਮ ਤੁਸੀਂ ਕਿਸੇ ਕੰਮ ਸੀ ਆਪਾਂ ਗਏ ਸੀ ਥਾਣਾ ਸਿਵਲ ਲਾਈਨ ਜੀ ਤੇ ਉਹਦੋਂ ਸਿਵਲ ਲਾਈਨ ਥਾਣੇ ਇੱਕ ਥਾਣੇਦਾਰ ਸਾਹਿਬ ਆਏ ਸੀ ਨਵੇਂ ਨਵੇਂ ਸੀ ਤਾਂ ਛੋਟਾ ਥਾਣੇਦਾਰ ਪਰ ਉਹਨੂੰ ਇਨਚਾਰਜ ਬਣਾਤਾ ਸੀਗਾ ਲਾਤੇ ਸੀ ਤਿੰਨ ਸਟਾਰ ਵੀ ਐਡ ਇਨਸਪੈਕਟਰ ਸਾਹਿਬ ਹੈ ਜੀ ਤੇ ਤੁਹਾਡੇ ਨਾਲ ਪੁਰਾਣੀ ਸਾਹਜ ਸੀ ਮੇਰੇ ਨਾਲ ਤਾਂ ਕੋਈ ਉਹਦੀ ਬਖਫੀਤ ਨਹੀਂ ਸੀ ਹੂੰ ਹੂੰ ਤੇ ਜਦੋਂ ਵੀ ਬਾਈ ਜੀ ਫਿਰ ਲਾ ਕੇ ਆਪਾਂ ਤਾਂ ਫਿਰ ਬਾਈ ਜੀ ਨੇ ਲੋਵਾਤਾ ਜੀ ਤੇ ਫਿਰ ਤੁਹਾਡੇ ਯਾਦ ਆਉਣੀ ਤੁਹਾਨੂੰ ਗੱਲਾਂ ਕੀ ਕਹਿੰਗੇ ਅਸੀਂ ਮੇਰੇ ਉਹ ਯਾਦ ਹੈ ਹੂੰ ਕਹਿੰਦਾ ਜੀ ਆਪਣੇ ਤੇ ਬੜੀ ਕਿਰਪਾ ਪਰਿਵਾਰ ਦੀ ਹੂੰ ਐਲ 1 ਵੀ ਦਵਾਤਾ ਹੂੰ ਤੇ ਦੋ ਖੱਡਾਂ ਵੀ ਦੇਦਿਆ ਸੀ ਹੂੰ ਹੂੰ ਜੇ ਠਾਣੇਦਾਰ ਨੂੰ ਖੱਡਾ ਮਿਲਣ ਲੱਗ ਜਾਣ ਤੇ ਐਲ ਐਲ ਬਣ ਮਿਲਣ ਲੱਗ ਜਾਣ ਹੂੰ ਹੂੰ ਤੇ ਫਿਰ ਤੁਸੀਂ ਆਪ ਲਾ ਲੋ ਕਿ ਜਿਹੜੇ ਨਾਲ ਤੁਰੇ ਫਿਰਦੇ ਆ ਫਿਰ ਉਹ ਲੈਫਟਰ ਪਾਈਜੀ ਵਾਲੇ ਉਹਨਾਂ ਨੂੰ ਕੀ ਮਿਲਿਆ ਹੋਣਾ ਉਹ 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 ਗੱਲ ਛੱਡ ਦਿਓ ਜੀ ਹੂੰ ਹੂੰ ਉਸ ਤੋਂ ਬਾਅਦ ਦੀ ਫਿਰ ਆ ਗਈ ਅਗਲੀ ਸਰਕਾਰ 2017 ਚ ਕੈਪਟਨ ਵਿਰਿੰਦਰ ਸਿੰਘ ਦੀ ਸਰਕਾਰ ਬਣ ਗਈ ਕਾਂਗਰਸੀ ਜੀ 7 ਤੋਂ ਲੈ ਕੇ 17 ਹੂੰ ਇਸ ਸਪੀਡ ਦੇ ਵਿੱਚ ਜਿਹੜੀ ਉਹਨਾਂ ਦੀ ਸਥਿਤੀ ਸੀਗੀ ਨਾ ਵੀ ਕੰਦਾ ਦੇ ਮਤਲਬ ਪੁੱਕੇ ਸੀ ਪੁੱਕੇ ਸੀ ਪਰ ਪਰ ਕੰਦਾ ਦੇ ਕਿ ਉਹ ਰੋ ਪਕ ਖਾਣ ਲੱਗੇ ਖਾਣ ਲੱਗੇ ਆਪਾਂ ਕਰ ਲਈਏ ਜੀ ਖੁਸ਼ ਹਮ ਹਮ ਮੈਂ ਹੁਣ ਕੱਲੀ ਕੱਲੀ ਗੱਲ ਯਾਦ ਹੈ ਮੈਂ ਯਾਦ ਕਰਾ ਦਿੰਨਾ ਸਾਡੇ ਸਰੋਤਿਆਂ ਨੂੰ ਤੁਹਾਡੇ ਯਾਦ ਹੋਣਾ ਹੈ ਉਹਨਾਂ ਦਿਨਾਂ ਦੇ ਵਿੱਚ ਅੱਜ ਕੱਲ ਫਾਜ਼ਿਲ ਕਾ ਜਿਹੜਾ ਮੁੰਡਾ ਲੱਗਿਆ ਨਾ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਐਸਐਸਪੀ ਤੇ ਇਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਲਾਤਾ ਫਰੋਜ਼ ਫਰੋਜ਼ ਪੁਰਾ ਲਾਤਾ ਇਹਨੂੰ ਇਸ ਕਰਕੇ ਵੀ ਮੁੰਡਾ ਚੰਗਾ ਇਮਾਨਦਾਰ ਬੰਦਾ ਹੈ ਡਾਇਰੈਕਟ ਇੰਸਪੈਕਟਰ ਭਰਤੀ ਹੋਇਆ ਸ਼ਖੀਅ ਉਹਨੂੰ ਵਿਚਾਰੇ ਨੂੰ ਤਿੰਨ ਕਿ ਮਹੀਨੇ ਹੋਏ ਸੀ ਲੱਗੇ ਨੂੰ ਤੇ ਉਹ ਸੱਚੀ ਮੁੱੱਚੀ ਨਾ ਜਿਹੜੀ ਅਵੀ ਸਰਕਾਰ ਚਾਹੁੰਦੀ ਹੈ ਕਿ ਜੇ ਇਹੋ ਜਿਹੇ ਬੰਦੇ ਨਹੀਂ ਨਹੀਂ ਮਾਈਨਿੰਗ ਨਹੀਂ ਹੋਣੀ ਚਾਹੀਦੀ ਹੂੰ ਉਹਨੇ ਮਾਈਨਿੰਗ ਆਲਾ ਸਕੰਜਾ ਕਰਸਤਾ ਜੀ ਤੇ ਫਿਰ ਤਿੰਨ ਚਾਰ ਜਿਹੜੇ ਹੈਗੇ ਆ ਚੀਕਾ ਚੀਕਾ ਨਿਕਲ ਗਿਆ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਚੀਕੂ ਚੀਕੂ ਕਰਦੇ ਹੇ ਉਹ ਮੇਰੇ ਯਾਦ ਆ ਇੱਕ ਫਿਲਮ ਆਈ ਸੀ ਮਟਿਆਰ ਜੁੱਤੀ ਚੀਕੂ ਚੀਕੀ ਕਰੇ ਮਟਿਆਰ ਦੀ ਨਹੀਂ ਹਾਂ ਜੁੱਤੀ ਚੀਕੋ ਚੀਕੂ ਚੀਕੂ ਕਰਦੀ ਸੀ ਜੁੱਤੀ ਇਹਨੂੰ ਕਰ ਲਾਗੇ ਅਮਰਿੰਦਰ ਸਰ ਕੋਲ ਜਾ ਕੇ ਪੇਟ ਖਲੋਤੇ ਕਹਿੰਦੇ ਜੀ ਪਿੰਡ ਭਗਦਾ ਇਹਦਾ ਇਹ ਤਾਂ ਜੀ ਕਾਲੀਆਂ ਦਾ ਮੁੰਡਾ ਕਾਲੀਆਂ ਦਾ ਮੁੰਡਾ ਇਹ ਤਾਂ ਜੀ ਫਲਾਣਾ ਤੇ ਮੁਕੰਮ ਕਹ ਹਾਲਾ ਕਿ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਬੰਦਾ ਚੰਗਾ ਪਰ ਕਰੇ ਕੀ ਕਰੇ ਕੀ ਨਾਲ ਜਿਹੜੇ ਦੋ ਤਿੰਨ ਹੋਰ ਸੀਗੇ ਜਿਹੜੇ ਮੰਤਰੀ ਸੀ ਇੱਕ ਮੰਤਰੀ ਸੀਗਾ ਇੱਕ ਗਮ ਛੋਟਾ ਮੰਤਰੀ ਸੀ ਰਿਸ਼ਤੇਦਾਰੀਆਂ ਵੀ ਸੀ ਬਸਾਂ ਸੀ ਪਰ ਹਸਾਂਜਾ ਸੂਜਾ ਸੀ ਉਹ ਕਹਿੰਦੇ ਲੋ ਜੀ ਠੀਕ ਹੈ ਉਹਦੀ ਤਿੰਨ ਕਿ ਮਹੀਨਿਆਂ ਤੋਂ ਬਦਲੀ ਕਰਵਾ ਦਿੱਤੀ ਹਮਮਮ ਪਰ ਬੰਦਾ ਭਲਾ ਸੀ ਉਹ ਉੱਥੇ ਲੱਗਿਆ ਰਿਹਾ ਹੁਣ ਫਿਰ ਆ ਨਵੀਂ ਸਰਕਾਰ ਨੇ ਆ ਕੇ ਫਾਜ਼ਿਲ ਕਰ ਲਾਤਾ ਫਾਜ਼ਿਲ ਕਰ ਲਾਤਾ ਚੰਗੇ ਇਹ ਜਿਹੜੇ ਇਹ ਜਿਹੜਾ ਸਾਰਾ ਸਿਲਸਿਲਾ ਸੀ ਫਿਰ ਉਹਨਾਂ ਨੇ ਲਾਲੀ ਗੰਮਣਾ ਦੀਆਂ ਪੋਲਾ ਹੂੰ ਹੂੰ ਇਧਰ ਪੈ ਗਏ ਜਿੱਥੇ ਪੈ ਗਏ ਫਿਰ ਮੁਕਾਬਲੇ ਬਾਜੀ ਹੋਗੀ ਹੂੰ ਹੋਰ ਤਾਂ ਗੱਲ ਛੱਡੋ ਮੁਕਾਬਲੇ ਬਾਜੀ ਸਵਾਤੇ ਵੀ ਹੋਗੀ ਆ ਬਠੰਡੇ ਵਾਲੀ ਤੇ ਕਰਮਲ ਦੀ ਸਿਰ ਚ ਖੇਪ ਹੁੰਦੀ ਹੈ ਖੇਪ ਪਾਉਣ ਵਾਲੀ ਖੇ 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 ਤੇ ਵੀ ਹੋਗੀ ਸਵਾਤੇ ਖੇ ਹੂੰ ਸਵਾਹ ਹੁੰਦੀ ਹੈ ਤੇ ਜਦੋਂ ਪਿੱਛੇ ਲੜਾਈ ਹੋ ਜੇ ਜਦੋਂ ਖੇਲ ਹੁੰਦੀ ਹੈ ਜਦੋਂ ਸਿਰ ਚ ਸਵਾਹ ਖੇ ਪਾਉਂਦੀ ਹੈ ਇੱਕ ਪਾਸੇ ਜੀ ਇੱਕ ਵਜੀਰ ਦੇ ਬੰਦੇ ਤੇ ਦੂਜੇ ਪਾਸੇ ਦੂਜੇ ਵਜੀਰ ਦੇ ਬੰਦੇ ਤਰਮਲ ਦੀ ਪ੍ਰਾਣੀ ਸਵਾ ਉਹ ਕਹਿੰਦੇ ਜੀ ਮੈਂ ਚੱਕਣੀ ਆ ਉਹ ਕਹਿੰਦਾ ਮੈਂ ਸਵਾ ਖਾਣੀ ਆ ਉਹਦਾ ਮੈਂ ਖਾਣੀ ਪਰ ਸਵਾ ਖਾਣ ਪਿੱਛੇ ਡਾਂਗੋ ਸੂਟੀ ਦੀ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਇੱਕਨੇ ਪਰਚਾ ਕਰਾਇਆ ਤਾਂ ਦੂਜਾ ਪਰਚ ਦੂਜਾ ਖੇ ਮੈਂ ਨੂੰ ਫੜ ਨਹੀਂ ਦੇਣਾ ਉਹ ਫੜਾਫੜਾਈ ਨਹੀਂ ਹੋਈ ਉਹ ਕਿੰਨਾ ਕੁਛ ਆਪਣੇ ਸਾਹਮਣੇ ਸਾਰਾ ਉਹ ਹੁੰਦਾ ਰਿਹਾ ਫਿਰ ਜੀ ਗੱਲ ਅੱਗੇ ਵਧ ਗਈ ਅੱਗੇ ਵਧ ਗਈ ਤੇ ਅੱਗੇ ਵਾਸਤੇ ਵੈਸੇ ਤਾਂ ਸਾਰੇ ਪੰਜਾਬ 'ਚ ਇਹ ਕੁਛ ਹੁੰਦਾ ਰਿਹਾ ਤੇ ਜਦੋਂ ਅਮਰਿੰਦਰ ਸਿੰਘ ਸੱਤਾ ਤੋਂ ਬਾਹਰ ਹੋ ਗਏ ਤੇ ਤੁਹਾਡੇ ਯਾਦ ਹੋਣਾ ਫਿਰ ਉਹਦੋਂ ਇੱਕ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਲਿਸਟ ਹੈ ਇਹ ਲਿਸਟ ਮੈਂ ਸੋਨੀਆ ਗਾਂਧੀ ਨੂੰ ਤੇ ਹਾਈ ਕਮਾਂਡ ਨੂੰ ਦਿੱਤੀ ਸੀ ਕਿ ਮੇਰੇ ਮੰਤਰੀ ਤੇ ਸੰਤਰੀ ਆ ਕੰਮ ਆ ਕੰਮ ਕਰੀ ਜਾਂਦੇ ਇਹ ਤਾਂ ਲੁੱਟੀ ਜਾਂਦੇ ਤੇ ਇਹਨਾਂ ਨੂੰ ਕਾਬੂ ਕਰੋ ਹੂੰ ਹੂੰ ਤੇ ਮੈਨੂੰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਇਹ ਇਜਾਜ਼ਤ ਤਾਂ ਖੈਰ ਉਹਨਾਂ ਤੋਂ ਲੈਣ ਦੀ ਲੋੜ ਨਹੀਂ ਸੀ ਜੇ ਆਪਾਂ ਹੁਣ ਕਹਿ ਸਕਦੇ ਹਾਂ ਭਗਵੰਤ ਸਿੰਘ ਮਾਨ ਨੂੰ ਵੀ ਮਾਨ ਸਰ ਤੁਸੀਂ ਆਪਣਾ ਮਾਈਂਡ ਅਪਲਾਈ ਕਰੋ ਹੂੰ ਹੂੰ ਅਮਰਿੰਦਰ ਸਿੰਘ ਤਾਂ ਸਰੋਂ ਸਰਦਾਰ ਸੀ ਹੂੰ ਹੂੰ ਹਾਈ ਕਮਾਂਡ ਭਾਵੇਂ ਉਹਦੇ ਤੇ ਵੀ ਸੀ ਪਰ ਉਹਦੇ ਉਹਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਰਿਕਾਰਡ ਦੱਸਦਾ ਵੀ ਉਹ ਬੰਦਾ ਕਦੇ ਕਦੇ ਜ਼ੁਰਤ ਕਰ ਲੈਂਦਾ ਕਰ ਲੈਂਦਾ ਸੀ ਜਿਵੇਂ ਉਹਨੇ ਉਹ ਪਾਣੀ ਵਾਲੇ ਸਮਝੌਤੇ ਰੱਦ ਕੀਤੇ ਸੀ ਹਾਈ ਕਮਾਂਡ ਨੂੰ ਦੱਸੇ ਤੋਂ ਬਗੈਰ ਜੇ ਚਾਹਦਾ ਤੇ ਉਹਦੋਂ ਲਾਭੇ ਕਰ ਸਕਦਾ ਸੀ ਪਰ ਉਹਨੇ ਕੀਤੇ ਨਹੀਂ ਤੇ ਉਹਨਾਂ ਚੋਂ ਫਿਰ ਅਮਰਿੰਦਰ ਸਿੰਘ ਨੂੰ ਖਮਿਆਜਾ ਵੀ ਭੁਗਤਣਾ ਪਿਆ ਹੂੰ ਹੂੰ ਸਭ ਤੋਂ ਪਹਿਲਾਂ ਜਦੋਂ ਅਮਰਿੰਦਰ ਸਿੰਘ ਨੂੰ ਲਾਹਿਆ ਤੇ ਜਿਨ੍ਹਾਂ ਨੂੰ ਆਪਣੇ ਸੱਜੇ ਖੱਬੇ ਮੋਢਿਆਂ 'ਤੇ ਬੰਦੇ ਸਮਝਦਾ ਸੀਗਾ ਤੇ ਉਹ ਹੀ ਜਾ ਕੇ ਲੁੱਕ ਗਏ ਸੀ ਲੁੱਕ ਗਏ ਲੁੱਕ ਗਏ ਲੁੱਕ ਗਏ ਤੇ ਨਾਲ ਦੂਜਿਆਂ ਦੀਆਂ ਗੱਡੀਆਂ ਚੜ ਗਈ ਨਾ ਨਹੀਂ ਲੁੱਕ ਗਏ ਦੀ ਲੁੱਕ ਗਏ ਭਾਲੇ ਨਹੀਂ ਥੇ ਅਮਰਿੰਦਰ ਨੂੰ ਫੋਨ ਕਰੀ ਜਾਵੇ ਫੋਨ ਚੱਕ ਕੇ ਪਾਸੇ ਰੱਖ ਕੂਟੀਆਂ ਚ ਵੀ ਨਹੀਂ ਜੀ ਮਿਲਦੇ ਨਹੀਂ ਮਿਲਦੇ ਨਹੀਂ ਛੱਡ ਕੇ ਚਲੇ ਗਏ ਇੱਥੋਂ ਤੱਕ ਜਿਹੜੇ ਜਿਹੜੇ ਜਿਹੜੀਆਂ ਸੱਜੀਆਂ ਖਬੀਆਂ ਬਾਹਾਂ ਸੀ ਜਿਹੜੇ ਉਹਦੇ ਬ੍ਰੇਨ ਸੀ ਜਿਹੜੇ ਉਹਦੇ ਵੱਲੋਂ ਹੁਕਮ ਦਿੰਦੇ ਹੁੰਦੇ ਸੀ ਉਹ ਵੀ ਛੱਡ ਗਏ ਉਹ ਵੀ ਰੇਤੇ ਮੱਜਰੀਤੀ ਲੱਗੇ ਹੋਏ ਸੀ ਹੂੰ ਹੂੰ ਲਓ ਜੀ ਤੇ ਫੇਰ ਉਹ ਕਰਕੇ ਅਮਰਿੰਦਰ ਸਿੰਘ ਕਹਿੰਦਾ ਜੀ ਮੈਂ ਕਿਹਾ ਸੀ ਹਾਈ ਕਮਾਂਡ ਨੂੰ ਵੀ ਕੁਝ ਕਰੋ ਤੇ ਉਹਨਾਂ ਨੇ ਕੀਤਾ ਨਹੀਂ ਜੀ ਤੇ ਜੇ ਮੈਂ ਇਥੋਂ ਲਿਸਟ ਮੰਗੀ ਤਾਂ ਮੈਂ ਭਗਵੰਤ ਸਿੰਘ ਮਾਨ ਨੂੰ ਲਿਸਟ ਦੇ ਦੇਵਾਂਗਾ ਕਰ ਲਿਸਟ ਤਾਂ ਨਹੀਂ ਮੰਗੀ ਤੇ ਕੜਾਕਾ ਦਾ ਜਿਹੜਤਾ ਹੂੰ ਆਹ ਦੋਕ ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਇੱਕ ਮਾਮਲੇ ਦੀ ਸ਼ੁਰੂਆਤ ਕੀਤੀ ਸੀਗੀ ਵਿਜੀਲੈਂਸ ਵਾਲੇ ਨੇ ਹੂੰ ਹੂੰ ਇੱਕ ਮੰਤਰੀ ਦੇ ਖਿਲਾਫ ਬਈ ਜੀ ਉਹ ਤਾਂ ਮੈਂ ਆਰਾਮਪੁਰ ਵਾਲੇ ਦੀ ਕਾਂਗੜ ਦੇ ਖਿਲਾਫ ਹਾਂ ਕਾਂਗੜ ਦੇ ਖਿਲਾਫ ਉਹ ਜਿਹੜੀ ਸੀਗੀ ਸੋਮਿਆ ਤੋਂ ਵੱਧ ਜਿਆਦਾ ਹਾਂ ਹਾਂ ਤੇ ਦਾਨੇ ਵਾਲੀ ਸਭ ਇੱਕ ਮੇਰੇ ਖਿਆਲ ਗੱਲ ਤੇ ਨਿਕ ਦਿਨ ਪੁਰਾਣੀ ਹੈ ਹੂੰ ਹੂੰ ਐਸੇ ਪ੍ਰੋਗਰਾਮ ਦੇ ਵਿੱਚ ਇਹ ਆਪਾਂ ਦੱਸਦਾ ਸੀ ਹੂੰ ਹੂੰ ਕਿ ਗੱਲ ਇੱਥੇ ਖੜਨੀ ਨਹੀਂ ਇਹ ਗਾਂ ਟੱਪ ਸਕਦੀ ਹੈ ਟੱਪੂਗੀ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਸੀ ਮੈਂ ਬੜਾ ਨੇੜੇ ਉਹ ਜਿਹੜੀ ਹੈਗੀ ਆ ਬਰੀਕੀ ਨਾਲ ਦੇਖ ਰਿਹਾ ਸੀ ਹੂੰ ਹੂੰ ਕਿ ਜਦੋਂ ਬਠਿੰਡੇ ਦੇ ਵਿੱਚ ਰੌਲਾ ਪੈ ਗਿਆ ਨਾ ਕਿ ਇੱਥੇ ਵੀ ਵਜੀਰਾ ਦਾ ਰੌਲਾ ਪੈ ਗਿਆ ਹੂੰ ਹੂੰ ਵੀ ਗੁੰਡਾ ਟੈਕਸ ਕਾਉਂਟ ਲਵੇ ਜੀ ਹੂੰ ਗੁੰਡਾ ਟੈਕਸ ਇੱਥੇ ਅਦਾਰੇ ਕਿਹੜੇ ਕਿਹੜੇ ਸੀ ਗੁੰਡਾ ਟੈਕਸ ਵਾਲੇ ਉਹ ਵੀ ਦੱਸੋ ਜੀ ਉਹਦੀ ਇੱਕ ਤਾਂ ਹੈਗੀ ਐ ਅਰਫੈਨਰੀ ਸੰਗਤ ਵਾਲੀ ਆਪਣੇ ਅਰਫੈਨਰੀ ਫੁੱਲੋਖਾਰੀ ਫੁੱਲੋਖਾਰੀ ਰਾਮੇ ਵਾਲੀ ਉਹ ਤੋਂ ਨਾਲ ਥੋੜਾ ਤੁਸੀਂ ਗਾਂਹ ਤੁਰਪੋ ਤੇ ਫੇਰ ਆ ਗਿਆ ਜੀ ਏਮਜ ਏਮਜ ਇਹ ਉਸ ਦੇ ਰੇਤੇ ਮਜਰੀ ਦੀਸਪਲਾਈ ਇਫਟਾਂ ਦੀ ਸਪਲਾਈ ਤੇ ਸਰਗੇ ਉਹ ਤੋਂ ਬਾਅਦ ਉਹ ਤੋਂ ਬਾਅਦ ਤਰਪੋ ਜੀ ਤੁਸੀਂ ਫੇਰ ਆ ਗਏ ਸੈਂਟਰਲ ਜੀ ਇੰਡਸਟਰੀ ਜੀ ਬਣੀ ਇੱਥੇ ਵੀ ਢਾੜੀ ਦੇ 10 ਟਰੱਕ ਲੈਂਦੇ ਸੀ ਖੁਦਾ ਖੁਦਾ ਕਿਹੜੇ ਬਦਾਸੀ ਢਾੜੀ ਤੇ ਲੈਂਦੇ ਸੀ ਹਾਂਜੀ ਹਾਂਜੀ ਫੇਰ ਆ ਗਏ ਜੀ ਜਿਹੜਾ ਬਿਰਕਲਾ ਬਣਾਇਆ ਹੋਇਆ ਹੈ ਡੋਮੈਸਟਿਕ ਕਵਰੀਜਾ ਹਾਂ 에어ਪੋਰਟ ਆਵਾਈਟਾ ਇੱਦੇ ਤੇ ਜੀ ਇੱਥੇ ਆ ਕੇ ਪੈ ਗਏ ਬੜਾ ਕਾਟੇ ਇੱਕ ਬਜੀਰ ਬੜਾ ਪਾਵਰਫੁਲ ਉਹ ਕਹਿੰਦਾ ਜੀ ਮੈਂ ਤਾਂ ਸਿੱਧਾ ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਰਾਹੀਆਂ ਤੇ ਇਹ ਤਾਂ ਮੇਰਾ ਇੱਕ ਅਧਿਕਾਰ ਹੈ ਸਾਰੇ ਜ਼ਿਲ੍ਹੇ ਸਾਰੇ ਜ਼ਿਲ੍ਹੇ ਜੀ ਹਾਂ ਉਹਨੇ ਜੀ ਪਹਿਲਾਂ ਐਮਜ਼ ਦੇ ਉੱਤੇ ਕਾਦ ਕਰ ਕਰ ਲਿਆ ਐਮਜ਼ ਦੇ ਉੱਤੇ ਜਿਹੜਾ ਹੁੰਦਾ ਸੀਗਾ ਜਿਹੜਾ ਇੰਚਾਰਜ ਸੀਦਰ ਲਾ ਹਲਕੇ ਦਾ ਹਲਕੇ ਦਾ ਜੰਦਾ ਉਹ ਮਾਰੀ ਚੀਕਾਂ ਹਾਰਿਆ ਹੋਇਆ ਹਰਵਿੰਦਰ ਸਿੰਘ ਲਾਡੀ ਉਹ ਚੀਕਾਂ ਮਾਰੇ ਉਹ ਆਖੇ ਜੀ ਮੇਰੇ ਬੰਦੇ ਨੂੰ ਤਾਂ ਜਿਹੜੇ ਸਾਡੇ ਬੰਦਿਆਂ ਨੂੰ ਤਾਂ ਠੇਕੇ ਮਿਲਦੀ ਨਹੀਂ ਤਾਂ ਸਾਰੇ ਉਹ ਲੈ ਗਏ ਉਹ ਲੈ ਗਏ ਹਾਂ ਸੈਂਟਰਲ ਯੂਨੀਵਰਸਿਟੀ ਵਾਲੇ ਸਾਰੇ ਉਹ ਲੈ ਗਏ ਫਿਰ ਜਿਹੜਾ ਹੈ ਜੀ ਹਵਾਈ ਏਡੇ ਵਾਲੇ ਉਹ ਰਗੇ ਤੇ ਮੂੜਕੇ ਕਹਿੰਦੇ ਵੀ ਮੂੰਹ ਤਾਂ ਮਾਰਨਾ ਉਹਨੂੰ ਵੀ ਆਪਣੇ ਨੂੰ ਰੈਫੈਨਰੀ ਨੂੰ ਵੀ ਬਿਲਕੁਲ ਬਿਲਕੁਲ ਉੱਥੇ ਆ ਕੇ ਅੜਕ ਅੜਕਾ ਪੈ ਗਿਆ ਹੂੰ ਹੂੰ ਅੜਕਾ ਪੈ ਗਿਆ ਜਦੋਂ ਤਪਾ ਤੇ ਬੰਦੀ ਹੂੰ ਹੂੰ ਕਿਉਂਕਿ ਬਾਕੀ ਤਾਂ ਛੋਟੀਆਂ ਕੰਪਨੀਆਂ ਸੀ ਰੈਫੈਨਰੀ ਵਾਲੀਆਂ ਕੰਪਨੀਆਂ ਬਹੁਤ ਵੱਡੀਆਂ ਸੀ ਦਿੱਲੀ ਤੱਕ ਉਹ ਤਾਂ ਉਹਨਾਂ ਨੇ ਤਾਂ ਉਦੋਂ ਬਾਦਲ ਸਾਹਿਬਲੇ ਵੀ ਕੀ ਇਹ ਇਹਨਾਂ ਦਾ ਹੋ ਸੀਗਾ ਜਿਹਨੇ ਕਹਿੰਦਾ ਸੀਗਾ ਜੀ ਆਪਦੇ ਬੰਦੇ ਨੂੰ ਨੱਥ ਪਾਓ ਤੇ ਫਿਰ ਉੱਥੋਂ ਬੰਦੇ ਭੇਜੇ ਸੀਗੇ ਤੇ ਉਹ ਮਾਝੇ ਵਾਲਿਆਂ ਦਾ ਸਮਾਨ ਚੁਕਾਇਆ ਸੀ ਹਾ ਹਾ ਯਹੀ ਸੀਗੇ ਤੁਹਾਡੇ ਮਿੱਤਲ ਹੋਰੇ ਮਿੱਤਲ ਲਿਖੇ ਮਿੱਤਲ ਦਾ ਕੋ ਨਾਂ ਭੁੱਲ ਗਿਆ ਮੈਂ ਜਿਹੜਾ ਇਹਨਾਂ ਦਾ ਸੀਓ ਸੀ ਸੀਓ ਸੀ ਹਾਂ ਉਹ ਉਹ ਜਦੋਂ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆ ਕੀ ਹੋ ਗਿਆ ਲਓ ਜੀ ਗੱਲ ਚੱਲ ਪਈ ਗੱਲ ਚੱਲ ਪਈ ਉਹ ਫਾਰਾਂ ਚ ਹੋ ਗਈ ਬੂ ਬਾ ਹੂੰ ਹੂੰ ਰੇਡੀਓ ਚੈਨਲਾਂ ਤੇ ਟੀਵੀ ਚੈਨਲਾਂ ਤੇ ਵੀ ਹੋ ਗਿਆ ਆ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਵੀ ਕਰੀਏ ਕੀ ਮੇਰੇ ਯਾਦ ਆ ਉਹੋ ਕੁਛ ਬੰਦੇ ਆਪਣੇ ਵੀ ਬਖਫਕਾਰ ਸੀ ਤੇ ਫਿਰ ਬੁਲਾਇਆ ਹੂੰ ਹੂੰ ਵੀ ਵੀ ਜਿਹੜ ਜਿਹਰ ਬੁਲਾਉ ਤਾਂ ਸੀ ਜਿਹੜੇ ਕਾਰੋਬਾਰੀ ਬੰਦੇ ਆ ਵੀ ਉਹਨਾਂ ਨੂੰ ਕੀ ਰਫੜਾ ਕੋਈ ਮਿਕਸਰ ਵਾਲਾ ਆ ਗਿਆ ਕੋਈ ਕਿਸੇ ਆ ਗਿਆ ਬੁਲਾਇਆ ਉਹ ਪਿੱਟਖੜੋ ਤੇ ਅਮਰਿੰਦਰ ਸਿੰਘ ਕੋਲੇ ਕਹਿੰਦੇ ਜੀ ਕਰੀਏ ਕੀ ਸਾਨੂੰ ਤਾਂ ਖਾ ਕੇ ਪੱਟ ਕੇ ਥੋੜੇ ਪੱਟ ਕੇ ਅੱਛਾ ਚਲੋ ਮਰੀਂਦਰ ਸਿੰਘ ਦੇ ਵਿੱਚ ਇੱਕ ਦੂਜੇ ਨਾਲ ਫਰਕ ਸੀ ਉਹਨੇ ਨਾਲ ਦੀ ਨਾਲ ਹੀ ਉਹ ਕਹਿੰਦਾ ਜੀ ਜਿਹੜਾ ADGP ਇੰਟੈਲੀਜੈਂਸ ਹੈ ਉਹ ਉਹਦੇ ਨਾਲ ਗੱਲ ਕਰਾਓ ਇਹਨਾਂ ਨੇ ਨਾਕੇ ਵੀ ਲਾਇਏ ਸੀ ਉਦੋਂ ਹਾਂ ਉਹਨਾਂ ਨੇ ਗੱਲ ਕੀਤੀ ਕਹਿੰਦੇ ਜੀ ਦੱਸੋ ਕੀ ਐ ਤੁਸੀਂ ਪਤਾ ਕਰਕੇ ਦੱਸੋ ਤੇ ਦਾਨੇ ਵਾਲਿਆ ਸਾਹਿਬ ਉਹਦੇ ਫਿਰ ਆਪਾਂ ਦੱਸਿਆ ਸੀ ਵੀ ਉਹਦੇ ਲੋਕਲ ਇੰਟੈਲੀਜੈਂਸ ਦੇ ਉੱਤੇ ਹਮ ਇਤਵਾਰ ਕਰਨ ਦੀ ਬਜਾਏ ADGP ਇੰਟੈਲੀਜੈਂਸ ਬਰਿੰਦਰ ਕੁਮਾਰ ਹੁੜਾਣੀ ਜਿਹੜੇ ਅੱਜ ਕੱਲ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਇਹਨਾਂ ਨੇ ਭੇਜੇ ਸੀ ਉਹ ਉਕੂ ਵਾਲੀ ਅੱਛਾ ਹੂੰ ਹੂੰ ਉਕੂ ਵਾਲੇ ਮੁੰਡੇ ਆਏ ਤੇ ਉਹਨਾਂ ਨੇ ਆ ਕੇ ਆ ਕੇ 24 ਘੰਟਿਆਂ ਦੇ ਵਿੱਚ ਰਿਪੋਰਟ ਇਕੱਠੀ ਕਰ ਲਈ ਹੂੰ ਹੂੰ ਤੇ ਬਰਿੰਦਰ ਕੁਮਾਰ ਜੀ ਨੂੰ ਜਾ ਪੇਸ਼ ਕੀਤੀ ਉਹਨਾਂ ਤੇ ਆਪਦੇ ADGP ਨੂੰ ਦੇਣੀ ਸੀ ADGP ਨੂੰ ਦੇਣੀ ਸੀ ADGP ਨੇ ਜਾ ਕੇ ਅਮਰਿੰਦਰ ਸਾਹਿਬ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਆਹ ਚੱਕੋ ਥੋੜੇ ਬੰਦੇ ਨੇ ਇੰਨਾ ਕ ਗੰਦ ਪਾਇਆ ਦਾ ਹੂੰ 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 ਬਸ ਜੀ ਫਿਰ ਉਥੇ ਪਰਚਾ ਵੀ ਦਰਜ ਹੋਇਆ ਇੱਕ ਥੋੜੇ ਵੀ ਯਾਦ ਨਹੀਂ ਆ ਰਹਾ ਮੈਨੂੰ ਇਹ ਇੱਕ ਫਿਰ ਆਈਜੀ ਸਾਹਿਬ ਸੀ ਲੱਗੇ ਵੇ ਇਥੇ ਹਮ ਹੁਣ ਤਾਂ ਰਿਟਾਇਰਮੈਂਟ ਦੇ ਨੇੜੇ ਉਹ ਆਈਜੀ ਸਾਹਿਬ ਵਿੱਚ ਲਾਗੇ ਵਿੱਚ ਵਿਚਰਾਲਾ ਕਰਨ ਹਮ ਹ ਦੋਨੇ ਵਜ਼ੀਰਾਂ ਨੂੰ ਵੀ ਤੂੰ ਐ ਨਿਕਲੇਲਾ ਤੂੰ ਐ ਨਿਕਲੇਲਾ ਤੂੰ ਤਾਂ ਗੰਢ ਤੋਂ ਪਕਰ ਤੋੜਾ ਗੰਢ ਗੰਢ ਤੋਂ ਉਪ ਕਰਲਾ ਉਹ ਉਹ ਆਈਜੀ ਸਾਹਿਬ ਦਾ ਜਿਹੜਾ ਪਤਾ ਲੱਗਿਆ ਸੀ ਜਾਖੜ ਨੂੰ ਜਾਖੜ ਸੀ ਸਟੇਟ ਪ੍ਰੈਜ਼ੀਡੈਂਟ ਕਾਂਗਰਸ ਦਾ ਜਾਖੜ ਪਿੱਟਖੜੋ ਤਾਂ ਵੀ ਆ ਕੀ ਹੋ ਗਿਆ ਆ ਕੀ ਹੋ ਗਿਆ ਤੇ ਨਤੀਜਾ ਫਿਰ ਕੀ ਹੋਇਆ ਸੀਗਾ ਜੀ ਫਿਰ ਉਹਨਾਂ ਦੇ ਪਰਚੇ ਪੁਰਚੇ ਦਰਜ ਹੋ ਕੇ ਉਹ ਗੱਲ ਸੀ ਪਰ ਉਹ ਗੱਲ ਨਾ ਜਿਹੜੀ ਉਦੋਂ ਇੰਨੀ ਕਹ ਰਹੀ ਕਿ ਕੰਮ ਜਾ ਤਾਂ ਬੰਦ ਕਰਾਤਾ ਵੀ ਤੁਸੀਂ ਅਗਰ ਪਾਤਾ ਸੀ ਠੰਡਾ ਪਾਤਾ ਸੀਗਾ ਤੇ ਗੱਲ ਗਾ ਨਹੀਂ ਤੁਰੀ ਗਾ ਨਹੀਂ ਤੁਰੀ ਗਾਂਝੜੀ ਉਹ ਕਹਿੰਦਾ ਨੇ ਅਮਰਿੰਦਰ ਸਿੰਘ ਵੀ ਸੋਨੀਆ ਗਾਂਧੀ ਨਹੀਂ ਤੇ ਹਾਈ ਕਮਾਂਡ ਨੇ ਤੁਰ ਨਹੀਂ ਦਿੱਤੀ ਹੂੰ ਹੂੰ ਲਓ ਜੀ ਹੁਣ ਆ ਗਈ ਸਰਕਾਰ ਭਗਵੰਤ ਮਾਨ ਹੋਰਾਂ ਦੀ ਤੇ ਉਹੀ ਇੰਟੈਲੀਜੈਂਸ ਚੀਫ ਜਿਹੜੇ ਆ ਉਹ ਲਾਗੇ ਵਿਜੀਲੈਂਸ ਤੇ ਚੀਫ ਹੂੰ ਤੇ ਫੈਲਾ ਤਾਂ ਬੋਲਦੀਆਂ ਕਾਗਤ ਬੋਲਦੇ ਉੱਥੇ ਫਿਰ ਕਾਗਤਾਂ ਬੜਿਆਂ ਦੇ ਬੋਲਦੇ ਆ ਕਹਿੰਦੇ ਜਿਹੜੇ ਇਲੈਕਸ਼ਨਾਂ ਵੇਲੇ ਰੌਲਾ ਪਿਆ ਸੀਗਾ ਵੀ ਇੱਕ ਵਿਧਾਇਕਾਂ ਨੇ ਆਪਦੇ ਭਰਾ ਨੂੰ ਉੱਥੇ ਦਫ਼ਤਰ ਖਲਾਤਾ ਸੀ ਉਹ ਵੀ ਰੌਲਾ ਪਿਆ ਸੀ ਇਹ ਤਾਂ ਉਹ ਤਾਂ ਅਜੇ ਗਾਂਦੀ ਪਤਾ ਨਹੀਂ ਕਿੱਥੇ ਕਿੱਥੇ ਕੀ ਕੁਛ ਆਊਗਾ ਪਰ ਉਹ ਜਿਹੜੇ ਜਿਹੜੇ ਉਹਨੇ ਕਾਗਤ ਚੱਕ ਲੈਣਾ ਹਾਂ ਹਾਂ ਉਹ ਕਾਗਤ ਜਿਹੜੇ ਚੱਕੇ ਉਹ ਕਾਗਤ ਚੱਕੇ ਹਾਲੇ ਤੱਕ ਇੰਨਾ ਦਾ ਰਹਿ ਜੀ ਇੰਨਾ ਦਾ ਦੋਹਾਂ ਦੇ ਦੋਨਾਂ ਘਰਾਂ ਦੇ ਮਤਲਬ ਜਿਹੜੇ ਹੈਗੇ ਦੋਨਾਂ ਚੋਂ ਦੋਨਾਂ ਦੇ ਵਿੱਚ ਉਹ ਇੱਕ ਇੱਕ ਦੀ ਤਾਂ ਕਿਸਮਤ ਮਾੜੀ ਹੈ ਹੂੰ ਕਿ ਉਹ ਬੀਜੇਪੀ ਚਲਾ ਗਿਆ ਅੱਛਾ ਜੀ ਦੂਜੇ ਦੀ ਕਿਸਮਤ ਥੋੜੀ ਜੀ ਚੰਗੀ ਹੈ ਹੂੰ ਪ੍ਰਾਣੀ ਲਿਆ ਜਾਏ ਠੀਕ ਹੈ ਉਹ ਸ਼ਾਇਦ ਕਿਤੇ ਪ੍ਰਾਣੀ ਕੋਈ ਲਿਆਜ ਕੰਮ ਕਰ ਦੇ ਪਰ ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਨਾ ਹੂੰ ਜਿੰਨਾ ਕਿ ਮੈਂ ਬ੍ਰਿੰਦਰ ਕੁਮਾਰ ਨੂੰ ਬਾਰੇ ਜਾਣਦਾ ਵੀ ਮਤਲਬ ਉਹ ਕਈ ਆਦੇ ਉਹ ਵੀ ਟਕਸਕ ਨਹੀਂ ਸਕਦੇ ਹੂੰ ਹੂੰ ਉਹਨੇ ਆਪਣੀ ਗੱਲ ਆਪਣੀ ਕਰ ਲੈਣੀ ਹੈ ਕਿਉਂਕਿ ਗੱਲ ਜਿੱਥੇ ਪਹੁੰਚ ਗਈ ਹੂੰ ਹੂੰ ਇਹ ਮੇਰੇ ਖਿਆਲ ਵਿੱਚ ਉੱਥੋਂ ਮੁੜਦੀ ਮੜਦੀ ਮੁਸ਼ਕਲ ਲੱਗਣੀ ਹੈ ਹੂੰ ਹੂੰ ਕਿਉਂਕਿ ਅੱਗੇ ਗੱਲ ਜੀ ਹੋਰ ਜਾਣੀ ਹੈ ਤੇ ਨਾਲ ਦਰਨੇ ਵਾਲੀ ਸਫਰਗਾ ਤੁਸੀਂ ਇਹ ਵੀ ਅੰਦਾਜ਼ਾ ਲਾ ਲਓ ਨਾ ਜੀ ਕਿ 2024 ਵੀ ਆ ਗਈ ਆ ਗਈ ਆ ਗਈ ਹੁਣ ਤਾਂ ਚੜ ਗਿਆ ਟਾਈਮ ਤਾਂ ਗਿਆ 2024 ਆ ਗਈ ਪਾਰਲੀਮੈਂਟ ਦੀ ਚੋਣ ਆ ਗਈ ਤੇ ਪਾਰਲੀਮੈਂਟ ਦੀ ਚੋਣ ਜਿੱਤਣ ਵਾਸਤੇ ਹੁਣ ਕ੍ਰਿਸ਼ਮਾ ਦਿਖਾਉਣਾ ਜ਼ਰੂਰੀ ਹੈ ਉਹ ਤਾਂ ਜ਼ਰੂਰੀ ਹੈ ਨਹੀ ਕ੍ਰਿਸ਼ਮਾ ਫਿਰ ਤਾਂ ਜੇ ਤੂੰ ਹੋਇਆ ਜਾਊਗਾ ਭਾਵੇਂ 2007 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਬਣ ਗਈ ਸੀ ਉਹ ਸਰਕਾਰ ਵੀ ਵੈਸੇ ਇਸ ਕਰਕੇ ਬਣ ਗਈ ਸੀ ਕਿ ਵੀ ਜਿਆਦਾ ਇਹ ਸੋਚਣ ਲੱਗੇ ਸੀ ਸੀਟਾਂ ਵਾੜੀਆਂ ਨਾ ਆ ਜਾਣ ਕਿਤੇ ਬਗਾਵਤ ਨਾ ਹੋ ਜੇ ਤੇ ਮਾਲਵੇ ਦੇ ਵਿੱਚੋਂ ਹੁੰਝਾ ਫੇਰਦਾ ਸੀ ਅਮਰਿੰਦਰ ਸਿੰਘ ਨੇ ਜੀ ਸਿਰਫ ਇਕੱਲੇ ਰਵੀ ਸਿੱਧੂ ਦੇ ਨਾਤੇ ਹੂੰ ਹੂੰ ਤੇ ਜੇ ਭਗਵੰਤ ਸਿੰਘ ਦੀ ਸਰਕਾਰ ਨੇ ਹੂੰ ਹੂੰ ਤੇ ਇਸੇ ਢੰਗ ਦੇ ਨਾਲ ਜਿਹੜੀਆਂ ਸਬਦੀਆਂ ਫਾਈਲਾਂ ਦੇ ਉੱਤੋਂ ਝਾੜ ਕੇ ਮਿੱਟੀ ਤੇ ਕਰਲੇ ਇਕੱਠੇ ਹੂੰ ਹੂੰ ਕੀ ਕਹਿੰਦੇ ਨੇ ਆਪਣੀ ਬਣਾ ਲਈ ਵੀ ਚਲੋ ਭਾਈ ਤੁਹਾਡੀ ਯਾਦ ਉਹਨਾਂ ਇੱਕ ਤਾਂ ਹੁਣ ਤਾਂ ਬਾਲਾ ਗੈਂਗਸਟਰ ਆ ਗਏ ਨਾ ਵੱਡੀਆਂ ਬਖਤਰਬੰਦ ਗੱਡੀਆਂ ਆ ਗੀਆਂ ਆ ਗਈਆਂ ਹਾਂ ਹਾਂ ਜੇਲਾਂ ਚੋਂ ਇਹ ਲੈ ਕੇ ਆਉਂਦੇ ਹੁੰਦੇ ਐ ਮੈਂ ਉਹ ਪਾ ਲੈਂਦੇ ਤੁਹਾਡੇ ਮੈਂ ਉਹੀ ਦੱਸਦਾ ਜੇ ਮੈਂ ਕਾਲਜ ਪੜ੍ਹਦਾ ਹੁੰਦਾ ਸਿੱਸੀ ਆਉਂਦੇ ਹੁੰਦੇ ਸੀ ਕਿਉਂਕਿ ਕਾਲਜ ਦੇ ਕਈ ਵਾਰੀ ਬਸ ਪਛਾਣ ਤੁਰ ਪੈਂਦੀ ਦੇ ਨਾਲ ਹੀ ਜੇਲਾ ਪੁਲਿਸ ਲਾਈਨ ਦੇ ਨਾਲ ਉੱਥੇ ਕਈ ਰੀ ਦਵਾਈ ਬੂਟੀ ਲੈਣੀ ਹੁੰਦੀ ਹੈ ਚੜ ਚੜ ਖਦੀਆਂ ਆਉਂਦੀਆਂ ਤੇ ਉਹ ਫਿਰ ਆਉਂਦੇ ਹੁੰਦੇ ਨੇ ਗੱਭਰੂ ਮੁੰਡੇ ਮੁੱਛਾਂ ਨੂੰ ਦਿੱਤੇ ਹੁੰਦੇ ਵਟ ਦਾੜੀਆਂ ਕਾਲੀਆਂ ਕੀਤੀਆਂ ਦਾ ਸ਼ਾਹ ਤੇ ਜਿਵੇਂ ਮਤਲਬ ਛਣਕਣੇ ਛਣਕਣੇ ਬੀੜੀਆਂ ਐ ਬੀੜੀਆਂ ਐ ਤੇ ਉਦੋਂ ਐ ਆਉਂਦੇ ਹੁੰਦੇ ਸੀ ਅੱਗੇ ਪਿੱਛੇ ਜੁੜੇ ਹੁੰਦੇ ਸੀ ਉਹਨੂੰ ਜੇਲ ਕਹਿੰਦੇ ਹੁੰਦੇ ਸੀ ਜੇਲ ਕਰ ਲੈਂਦੇ ਵੀ ਇੱਕ ਦੂਜੇ ਨਾਲ ਹੱਥ ਖੜੀ ਚ ਹੱਥ ਖੜੀ ਪਾਰੀ ਜੇ ਤਾਂ ਹੱਥ ਖੜੀ ਚ ਭਗਵੰਤ ਜੀ ਤੁਸੀਂ ਪਵਾ ਲਈ ਹੱਥ ਖੜੀ ਫਿਰ ਤਾਂ 24 ਚ ਕ੍ਰਿਸ਼ਮਾ ਵਾਕਾ ਹੀ ਹੋ ਜਾਊਗਾ ਨਹੀਂ ਤਾਂ ਫਿਰ ਉਹ ਵੈਸੇ ਉਹ ਨਹੀਂ ਨਹੀਂ ਪਤਾ ਨਹੀਂ ਕੀ ਹੋਵੇ ਉਹ ਤਾਂ ਐਵੇਂ ਤਾਂ ਨਹੀਂ ਹੋਰ ਤਾਂ ਨਹੀਂ ਪੁੱਠੀ ਪੁਖਵਾਣੀ ਕਰਦੇ ਪਰ ਗੱਲ ਇਹ ਆ ਵੀ ਆ ਜਿਹਨਾਂ ਨੇ ਜਿਹਨਾਂ ਨੇ ਨਾ ਵੀ ਉਹ ਪੰਜਾਬੀ ਚ ਇੱਕ ਬੋਲੀ ਚੱਲਦੀ ਹੁੰਦੀ ਸੀ ਫੁੱਟ ਫੁੱਟ ਨਿਕਲੂਗਾ ਜਿਹੜਾ ਖਾਦਾ ਨਹੀਂ ਛੜੇਦਾ ਖੋਪਾ ਹੁਣ ਛੜੇਦਾ ਖੋਪਾ ਤਾਂ ਨਹੀਂ ਕਮਾਂਗੇ ਜਿਹੜਾ ਪੰਜਾਬ ਦਾ ਖੋਪਾ ਕੱਟ ਲਹੂ ਚੂਸਿਆ ਜੇ ਫੁੱਟ ਫੁੱਟ ਕੇ ਨਿਕਲ ਲਾਗੇ ਤਾਂ ਰੰਗ ਜ਼ਰੂਰ ਦਿਖਾਊਗਾ ਚਲੋ ਜੀ ਟਰੱਲੋ ਸਾਹਿਬ ਜੇ ਨਿਕਲੇ ਆਵੇ ਤਾਂ ਚੰਗੀ ਗੱਲ ਹੈ ਪਰ ਟਰੱਲੋ ਸਾਹਿਬ ਇਹ ਤਾਂ ਗੱਲ ਸੀ ਇਹਦੀ ਇਹ ਵੀ ਇੱਕ ਇੰਡਸਟਰੀ ਹੈ ਇਹਨੂੰ ਵੀ ਚੁੱਪਿਆ ਬੜੀਆਂ ਇੰਡਸਟਰੀਆਂ ਉਦੋਂ بڑے ਸੂਬਿਆਂ ਚ ਫੇਲ ਹੋਈਆਂ ਹੁਣ ਮੈਗਾ ਟੈਕਸਟਾਈਲ ਜਿਹੜਾ ਪ੍ਰੋਜੈਕਟ ਲੱਗਣਾ ਸੀ ਕਹਿੰਦੇ ਉਹ ਨਾ ਲੱਗਣ ਕਰਕੇ ਪੰਜਾਬ ਬਹੁਤ ਘਾਟੇ ਚ ਹੈ ਕਿਹਨੇ ਕਿਹਾ ਜੀ ਦੇਖੋ ਕਿਹਾ ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨਾ ਅਸ਼ਵਨੀ ਕੁਮਾਰ ਉਹਨਾਂ ਨੇ ਜੀ ਤੇ ਉਹਨਾਂ ਨੇ ਲਈ ਹੈ ਜਿਹੜੀ ਉਹ ਕਹਿੰਦੇ ਨੇ ਸਿਆਸੀ ਬੱਗ ਅੱਛਾ ਅੱਛਾ ਗੁੱਲੀ ਦੇ ਲਾਉਂਦੇ ਹੁੰਦੇ ਆ ਵੀ ਤਪ ਉਹ ਸਿਆਸੀ ਬੱਗ ਹੈ ਕਿ ਨਹੀਂ ਤਾਂ ਚੱਲ ਹਾਂ ਉਹਦਾ ਕਾਰਨ ਅਸਲ ਦੇ ਵਿੱਚ ਇਹ ਹੈ ਕਿ ਜਿਹੜੀ ਪਿੱਛੇ ਮੱਤੇਵਾੜਾ ਦੇ ਵਿੱਚ ਇੱਕ ਮੈਗਾ ਪ੍ਰੋਜੈਕਟ ਲਾਉਣ ਦਾ ਪ੍ਰੋਗਰਾਮ ਸੀ ਹੂੰ ਹੂੰ ਇਹਦੇ ਵਿੱਚ ਜਨਨੇ ਵਾਲੀਆਂ ਸਭ ਬਹੁਤ ਵੱਡਾ ਹਿੱਸਾ ਤਾਂ ਸੈਂਟਰ ਨੇ ਪਾਉਣਾ ਸੀ ਜੀ ਤੇ ਤੀਜਾ ਕਿੱਸਾ ਮੇਰਾ ਖਿਆਲ ਸਟੇਟ ਗਵਰਨਮੈਂਟ ਦਾ 70 30 ਦਾ ਫਰਕ ਸੀ ਹੂੰ ਹੂੰ ਇੰਨਾ ਕੁ ਮਤਲਬ ਰੇਸ਼ੋ ਸੀ ਜੀ ਸਟੇਟ ਗਵਰਨਮੈਂਟ ਨੇ ਜ਼ਮੀਨ ਪ੍ਰੋਵਾਈਡ ਕਰਨੀ ਸੀ ਤੇ ਉੱਥੇ ਉਹ ਪ੍ਰੋਜੈਕਟ ਲਾਉਣਾ ਸੀ ਜਿਹਦੇ ਵਿੱਚ ਹੋਸਟਲ ਵੀ ਬਣਨੇ ਸੀ ਸਾਰਾ ਕੁਝ ਬੜਨਾ ਸੀ ਹਮ ਹਮ ਦਾਵਾ ਇਹ ਕੀਤਾ ਗਿਆ ਸੀ ਕਿ ਪ੍ਰਦੂਸ਼ਨ ਪੈਦਾ ਨਹੀਂ ਕਰੂਗਾ ਲੇਕਿਨ ਮੈਨੂੰ ਨਹੀਂ ਲੱਗਦੀ ਵੀ ਦੁਨੀਆ ਚ ਕੋਈ ਅਜਿਹੀ ਇੰਡਸਟਰੀ ਹੋਵੇ ਜਿਹੜੀ ਪ੍ਰਦੂਸ਼ਨ ਪੈਦਾ ਨਾ ਕਰੇ ਹਮ ਹਮ ਪ੍ਰਦੂਸ਼ਨ ਪੈਦਾ ਹੁੰਦਾ ਹੈ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਜਿਵੇਂ ਪਾਣੀ ਗੰਦਾ ਹੁੰਦਾ ਹੈ ਉਹਦੇ ਚੋ ਟ੍ਰੀਟਮੈਂਟ ਪਲਾਂਟ ਵਗੈਰਾ ਲੱਗ ਜਾਂਦੇ ਆ ਪ੍ਰਬੰਧ ਹੈਗੇ ਹਮ ਹਮ ਪਰ ਸਾਡੀ ਮਾਨਸਿਕਤਾ ਇਹ ਜੀ ਆ ਭਾਰਤੀਆਂ ਦੀ ਕਿ ਅਸੀਂ ਉਹਨਾਂ ਪ੍ਰਬੰਧਾਂ ਦੀ ਵਰਤੋਂ ਨਹੀਂ ਕਰਦੇ ਸੀ ਕਿੰਨੇ ਪੈਸਾ ਘੱਟ ਲੱਗੇ ਤੇ ਮੁਨਾਫਾ ਵੱਡਾ ਹੋਵੇ ਜਦੋਂ ਪੈਸਾ ਬਚਾਉਣ ਲੱਗ ਜਗੇ ਵਾਤਾਵਰਨ ਨੂੰ ਬਚਾਉਣ ਦੀ ਬਜਾਏ ਤੁਸੀਂ ਪੈਸੇ ਨੂੰ ਬਚਾਉਂਗੇ ਤਾਂ ਫਿਰ ਵਾਤਾਵਰਨ ਤਾਂ ਉਜੜੂਗਾ ਉਜੜੂਗਾ ਆ ਗਈ ਹੈ ਖਬਰ ਇੱਕ ਹੋਰ ਬੰਦਾ ਮਰ ਗਿਆ ਉੱਥੇ ਅੱਛਾ ਹੀ ਤੁਹਾਡੇ ਕੀ ਨੋ ਹੈ ਜੀ ਜੀਰੇ ਵਾਲੇ ਮਾਮਲੇ ਦੇ ਵਿੱਚ ਉਹ ਵੀ ਉੱਥੇ ਕੰਮ ਵੀ ਕਰਦਾ ਸੀ ਤੇ ਘਰ ਵੀ ਉਹਦਾ ਨੇੜੇ ਸੀਗਾ ਉਹਦੇ ਵੀ ਕਹਿੰਦੇ ਜਿਹੜੀ ਹੈਗੀ ਆ ਉਹ ਆਹੀ ਕਿਡਨੀਆਂ ਫੇਲ ਕਿਡਨੀਆਂ ਕੁਡਨੀਆਂ ਵਗੈਰਾ ਸਾਰੀਆਂ ਫੇਲ ਹੋ ਗਈਆਂ ਸੀ ਬੜਾ ਨੁਕਸਾਨ ਹੁੰਦਾ ਹੈ ਬੁੱਢੇ ਨਾਲੇ ਦਾ ਨੁਕਸਾਨ ਸਤਲੁਜ ਨੂੰ ਕਿੰਨਾ ਖੋਇਆ ਸਾਡੇ ਨਾਲ ਉਹਦਾ ਬਿਕਨੇਰ ਤੱਕ ਹਸਪਤਾਲ ਖੁੱਲ ਗਏ ਜੀ ਔਰ ਉਹਨੂੰ ਮਤਲ ਜਿਹੜਾ ਹੈਗਾ ਉਹਨੂੰ ਪਰਪੂਸ਼ਨ ਰਹਿਤ ਕਰਨ ਵਾਸਤੇ ਪੈਸਾ ਕਿੰਨਾ ਕਿ ਸੈਂਟਰ ਨੇ ਦੇਤਾ ਇਹ ਵੀ ਪਤਾ ਆਪਾਂ ਨੂੰ ਹੋਰ ਤਾਂ ਹੋਰ ਛੱਡੋ ਗੱਲ ਹਮ ਹਮ RAM ਤੇਰੀ ਗੰਗਾ ਮੈਲੀ ਹਮ ਹਮ ਗੰਗਾ ਦਾ ਪ੍ਰਪੂਸ਼ਨ ਸਾਫ ਕਰਨ ਵਾਸਤੇ ਕਿੰਨਾ ਕਰੋੜ ਅਰਬ ਜਮਨਾ ਦਾ ਲੈ ਲਿਆ ਜੀ ਲੈ ਲਿਆ ਸਾਰਾ ਉਹ ਸਾਰੇ ਦਾ ਸਾਰਾ ਵੀ ਇੰਡਸਟਰੀ ਜਿੱਥੇ ਪੈਂਦੀ ਹੈ ਜਿੱਥੇ ਵੱਡਾ ਮਤਲਬ ਸ਼ਹਿਰੀ ਦਾ ਸ਼ਹਿਰ ਦਾ ਸੰਤਤੀ ਕਰਨ ਹੋਇਆ ਉਹਦਾ ਰਿਸਿਵਰ ਦਾ ਪਾਣੀ ਗੰਦ ਮੰਦ ਜਿਹੜਾ ਵਿੱਚ ਪੈਂਦਾ ਉਹ ਨਹੀਂ ਦਾ ਉਹਦਾ ਕਰਕੇ ਜਿਹੜੇ ਵਾਤਾਵਰਨ ਪ੍ਰੇਮੀ ਆ ਉਹਨਾਂ ਨੇ ਮੱਤੇਵਾੜੇ ਦੇ ਉਸ ਦੇਖਲਾ ਫਰਾਲੇ ਮੋਰਚਾ ਕਿ ਪਹਿਲਾਂ ਬੁੱਢੇ ਨਾਲੇ ਨੇ ਸਤਲੁਜ ਦਾ ਬੇੜਾ ਕਰਤਾ ਤੇ ਜੇ ਆ ਲੱਗ ਗਿਆ ਹੂੰ ਹੂੰ ਤੇ ਇਹਦੇ ਨਾਲ ਤਾਂ ਫਿਰ ਹੋਰ ਹੋਊਗਾ ਹੂੰ ਹੂੰ ਉਹ ਪ੍ਰੋਜੈਕਟ ਜਿਹੜਾ ਹੈਗਾ ਅਧੂਰਾ ਪਿਆ ਸੀ ਜੀ ਫਿਰ ਇਹ ਨਵੀਂ ਸਰਕਾਰ ਜਿਹੜੀ ਆਈ ਤੇ ਨਵੀਂ ਸਰਕਾਰ ਨੇ ਉਹਨੂੰ ਦੁਬਾਰਾ ਚੱਲ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਕਿ ਪ੍ਰੋਜੈਕਟ ਨੂੰ ਗਾਂਦ ਤੁਰਗੇ ਜੀ 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 ਵਾਤਾਵਰਨ ਪ੍ਰੇਮੀਆਂ ਨੇ ਮੋਰਚਾ ਲਾ ਦਿੱਤਾ ਤੇ ਮੋਰਚਾ ਉਹ ਇਹਨਾ ਪੱਕ ਗਿਆ ਹੂੰ ਹੂੰ ਕਿ ਸਰਕਾਰ ਨੂੰ ਮੁੜ ਕੇ ਉਹਨਾਂ ਨਾਲ ਮੀਟਿੰਗ ਕਰਕੇ ਕਹਿਣਾ ਪਿਆ ਨਹੀਂ ਜੀ ਅਸੀਂ ਇੱਥੇ ਨਹੀਂ ਲਾਉਂਦੇ ਜੀ ਪਰ ਨਾਲ ਸਰਕਾਰ ਨੇ ਕੈਸੀ ਅਸੀਂ ਜ਼ਮੀਨ ਦੇ ਦੇ ਆ ਕਿ ਸਾਨੂੰ ਪੰਜਾਬ ਚ ਸਾਡੇ ਕੋਲ ਜ਼ਮੀਨ ਬਹੁਤ ਹੈ ਬਹੁਤ ਹੈ ਕਿਤੇ ਹੋਰ ਲਾਣਾ ਕਿ ਤੇ ਹੁਣ ਕੇਂਦਰੀ ਮੰਤਰੀ ਜਿਹੜੇ ਪਿਊਸ਼ ਕੋਇਲ ਆ ਉਹਨਾਂ ਦਾ ਜਵਾਬ ਆ ਗਿਆ ਵੀ ਪੰਜਾਬ ਨੇ ਜ਼ਮੀਨ ਤੋਂ ਵੀ ਇਨਕਾਰ ਕਰਤਾ ਜ਼ਮੀਨ ਦਿੱਤੀ ਨਹੀਂ ਤੇ ਬਠਿੰਡੇ ਥਰਮਲ ਵਾਲੀ ਦੇ ਦਿੰਦੇ ਤੋ ਕਰਾਉਣਾ ਕੀ ਸੀ ਫਿਰ ਗੱਲ ਤਾਂ ਪ੍ਰਦੂਸ਼ਣ ਦੀ ਹੈ ਨਾ ਪ੍ਰਦੂਸ਼ਣ ਉਹਦੇ ਚ ਕੀ ਹੋ ਜੂਗਾ ਜੀ ਟੈਕਸਟਾਈਲ ਚ ਉਹ ਕਹਿੰਦੇ ਆ ਵੀ ਉਹਦੇ ਚ ਜਿਹੜੇ ਆ ਨਾ ਜਿਹੜੇ ਕਲਰ ਹੈ ਕੈਮੀਕਲ ਵਗੈਰਾ ਹੈ ਉਹਦੇ ਚ ਕੁਛ ਨਾ ਕੁਛ ਦੇ ਦੇ ਟੈਕਸਟਾਈਲ ਦੇ ਵਿੱਚ ਕੱਪੜੇ ਕੈਮੀਕਲ ਯੂਜ਼ ਹੋਣਗੇ ਕੈਮੀਕਲ ਤਾਂ ਯੂਜ਼ ਹੋਣਗੇ ਬੰਬੇ ਵੀ ਤਾਂ ਲੱਗੇ ਵੀ ਸੀਗੇ ਟਿੱਲੋ ਸਾਹਿਬ ਮਸ਼ੀਨਾਂ ਲਵਾ ਦੇਣ ਹੋਰ ਕਰ ਦੇਣ ਗੱਲ ਤਾਂ ਇਹ ਹੈ ਨਾ ਮਸ਼ੀਨਾਂ ਲਾਉਣ ਦੇ ਬਾਬਤ ਪਰਪੂਸ਼ਨ ਤਾਂ ਤੁਸੀਂ ਵੀ ਸਾਨੂੰ ਹਰੇਕ ਤਾਂ ਵੀ ਹੋਣਾ ਉਹ ਤਾਂ ਹਰੇਕ ਥਾਂ ਤੇ ਹੋਣਾ ਹੈ ਚਲ ਬਠਿੰਡੇ ਵਾਲੀ ਹੋਸੀ ਜੇ ਦੇਣਾ ਹੁੰਦਾ ਤਾਂ ਬੜੀ ਬੇਆਵਾਜ਼ ਜ਼ਮੀਨ ਪਈ ਹੈ ਕਿਤੇ ਹੋਰ ਵੀ ਕੱਟ ਸਕਦੇ ਸੀ ਉਹ ਤਾਂ ਚਲੋ ਜੰਗਲ ਸੀ ਆਪਾਂ ਜੰਗਲ ਨੂੰ ਕੱਟ ਕੇ ਜੰਗਲ ਦਾ ਵਿਰੋਧ ਕਰ ਰਹੇ ਸੀ ਜੰਗਲ ਦੀ ਕਟਾਈ ਦਾ ਵਿਰੋਧ ਕਰ ਰਹੇ ਸੀ ਕੀਤਾ ਜਾ ਰਿਹਾ ਸੀ ਉਹ ਕਹਿੰਦੇ ਵੀ ਦਿੱਤਾ ਇਹਨਾਂ ਨੇ ਦਿੱਤੀ ਨਹੀਂ ਹੁਣ ਉਹ ਕਹਿੰਦੇ ਇਹ ਦਿੰਦੇ ਨਹੀਂ ਤੇ ਪ੍ਰੋਜੈਕ ਉਦੋਂ ਨੂੰ ਦਰਨੇ ਵਾਲੀ ਆ ਸਭ ਜਿਹੜਾ ਪ੍ਰੋਜੈਕਟ ਖਤਮ ਹੋ ਗਿਆ ਠੀਕ ਹੈ ਕਿ ਸਿੱਧੇ ਸਿੱਧੇ ਰੂਪ ਦੇ ਵਿੱਚ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਉੱਥੇ ਨੌਕਰੀਆਂ ਮਿਲੀਆਂ ਸੀ ਜੀ ਫਿਰ ਕੁਝ ਬੰਦੇ ਨੂੰ ਆਪਣਾ ਕਾਰੋਬਾਰ ਮਿਲਣਾ ਸੀ ਰੋਜ਼ਗਾਰ ਮਿਲਣਾ ਸੀ ਇਸ ਲਈ ਹਾ ਜਨਾ ਅਸ਼ਵਨੀ ਕੁਮਾਰ ਕਹਿੰਦਾ ਵੀ ਇਹ ਤਾਂ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਹਮ ਹਮ ਅਸ਼ਵਨੀ ਕੁਮਾਰ ਨੇ ਇਹ ਗੱਲ ਕਹਿ ਤੀ ਚਲੋ ਨੁਕਸਾਨ ਹੋਇਆ ਨੁਕਸਾਨ ਤਾਂ ਵੈਸੇ ਪੰਜਾਬ ਦਾ ਹੁੰਦਾ ਹੀ ਆ ਰਿਹਾ ਜੀ ਜਿੱਦੇ ਤੋਂ ਪੰਜਾਬ ਪੰਜਾਬ ਬਣਿਆ ਦੇਸ਼ ਸੀਗਾ ਇਹ ਦੇਸ਼ 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 ਪੰਜਾਬ ਜਦੋਂ ਪੰਜਾਬ ਸੂਬਾ ਬਣ ਗਿਆ ਉਦੋਂ ਤੋਂ ਦਾ ਨੁਕਸਾਨ ਹੋਣਾ ਸ਼ੁਰੂ ਹੈ ਜੀ ਹੁਣ ਸਵਾਲ ਅਗਲਾ ਹੁੰਦਾ ਕਿ ਇਹ ਅਸ਼wini ਕੁਮਾਰ ਨੇ ਕਿਹਾ ਕਿਥੇ ਤੇ ਕਿਉਂ ਕਿਹਾ ਜੀ ਕਹ ਅਸ਼wini ਕੁਮਾਰ ਐਕਚੁਅਲੀ ਆ ਸੀ ਬਠਿੰਡੇ ਹੂੰ ਹੂੰ ਬਠਿੰਡੇ ਆਇਆ ਸੀਗਾ ਕਿ ਜਿਹੜਾ ਨਮਾਏ ਇਹਨਾਂ ਨੇ ਬਣਾਏ ਆ ਪ੍ਰਧਾਨ ਹੂੰ ਹੂੰ ਉਹਨਾਂ ਨੂੰ ਕਹਿੰਦੇ ਪਹਿਲਾਂ ਤਾਂ ਕਹਿੰਦੇ ਸੀ ਜੀ ਮੈਂ ਦੋ ਤਿੰਨਾਰੀ ਮੈਨੂੰ ਬੜੀ ਹਾਸੀ ਵੀ ਆਈ ਹੂੰ ਹੂੰ ਉਪਰਸ ਸਾਲੇ ਪਤਾ ਨਹੀਂ ਵਿਚਾਰੇ ਉਹਨਾਂ ਦੇ ਕਿਹੋ ਜਿਹੇ ਅਣਜਾਣ ਮੁੰਡੇ ਐ ਹੂੰ ਹੂੰ ਪਤਾ ਕਹਿੰਦੇ ਜੀ ਬਾਬੂ ਸਰੂਪ ਚੰਦ ਦੀ ਹੋਣੀ ਆ ਤਾਜ ਪੋਸ਼ੀ ਅੱਛਾ ਜੀ ਫੇਰ ਕਰਤਾ ਜੀ ਆਪਣੀ ਹੈਗੀ ਹੈ ਉਹਦਾ ਗ੍ਰਹਿਣ ਕਰਨ ਵਾਲਾ ਹਾਂ ਤਾਜਪੂਸ਼ੀ ਤੋਂ ਉਹਦਾ ਗ੍ਰਹਿਣ ਹੋ ਗਿਆ ਉਹ ਹਾਂ ਫਿਰ ਉਹ ਅਸ਼wini ਕੁਮਾਰ ਬੋਲੇ ਉਹ ਕਹਿੰਦਾ ਵੀ ਤਾਜਪੂਸ਼ੀ ਤਾਂ ਹੁੰਦੀ ਹੈ ਰਾਜਾ ਮਹਾਰਾਜ ਰਾਜਾ ਮਹਾਰਾਜ ਅਸੀਂ ਤਾਂ ਜ਼ਿੰਮੇਵਾਰੀ ਦੀ ਜਿੰਮੇਵਾਰੀ ਸੰਭਾਲ ਇਹ ਜ਼ਿੰਮੇਵਾਰੀ ਸੰਭਾਲਣਗੇ ਚਲੋ ਉੱਥੇ ਉਹਨਾਂ ਨੇ ਭਾਸ਼ਣ ਕੀਤਾ ਭਾਸ਼ਣ ਕਰਕੇ ਕੱਲ ਅਕਾਲੀਆਂ ਤੇ ਚੰਗੀ ਚਾਦਮਾਰੀ ਕੀਤੀ ਅੱਛਾ ਅਕਾਲੀਆਂ ਤੇ ਚੰਗੀ ਚਾਦਮਾਰੀ ਕਰਦਿਆਂ ਕਰਾਉਂਦਿਆਂ ਜਿਹੜੀ ਚੀਜ਼ ਉਥੇ ਦੇਖਣ ਨੂੰ ਮਿਲੀ ਹਾਂ ਹਾਂ ਮੈਨੂੰ ਕੱਲ ਭਾਰਤੀ ਜਨਤਾ ਪਾਰਟੀ ਦੀ ਅਸਲ ਭਾਰਤੀ ਜਨਤਾ ਪਾਰਟੀ ਆਰਐਸਐਸ ਵਾਲੀ ਉਹਦੀ ਹਾਲਤ ਬੜੀ ਤਰਸਯੋਗ ਲੱਗੀ ਗੀ ਕੱਲ ਹਾਂਜੀ ਅੱਛਾ ਓਹਨਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਹਨ ਜਿਨ੍ਹਾਂ ਦੇ ਤੂਤੀ ਬੋਲਦੀ ਹੁੰਦੀ ਸੀ ਹੂੰ ਹੂੰ ਕੱਲ ਉਹ ਵਿਚਾਰੇ ਮਤਲਬ ਨਾ ਜਿਵੇਂ ਮੱਖੀਆਂ ਜਿਹਾ ਭਿੰਕਦੇ ਹੁੰਦੀਆਂ ਪਾਲੇ ਪੁਰਾਣੇ ਅਮਲੀ ਜਿਹੇ ਤੇ ਗਿੱਡਾਂ ਜਗਾ ਜਾਂਦੀਆਂ ਹੁੰਦੀਆਂ ਇੱਕ ਕੱਲ ਉਹਨਾਂ ਦੀ ਹਾਲਤ ਹੀ ਹੋਜੀ ਸੀ ਵੀ ਸਾਡੇ ਨਾਲ ਕੀ ਬਾਣਾ ਵਾਪਰ ਕੇ ਦੇਖਣ ਨੂੰ ਇਹ ਸੀ ਨਾ ਜਦੋਂ ਮੰਚ ਤੇ ਨਿਗਾ ਮਾਰਦੇ ਸੀ ਵੀ ਕੌਣ ਬੈਠਾ ਕਾਲੀ ਬੈਠੇ ਤਾਂ ਕਾਲੀ ਹੈ ਕਾਂਗਰਸੀ ਹੈ ਜਾਂ ਜੇ ਕੋਈ ਬੀਜੇਪੀ ਵਾਲਾ ਵੀ ਬੈਠਾ ਹੈ ਹੂੰ ਉਹਦੇ ਚ ਮੇਰੇ ਖਿਆਲ ਜਿਹੜੇ ਟੋਪੀਆਂ ਵਾਲੇ ਸੀ ਆਪਣੇ ਟੋਪੀ ਵਾਲੇ ਜਾਂ ਨਗੇਸਰ ਵਾਲੇ ਕਿਤਾਸ਼wini ਸ਼ਰਮਾ ਦੇਖਿਆ ਮੈਨੂੰ ਹੂੰ ਦੂਜਾ ਰਵਿੰਦ ਖੰਨਾ ਜੀ ਉਹ ਆਪਣੇ ਜ਼ਿਲ੍ਹੇ ਦੇ ਇੰਚਾਰਜ ਹੈ ਹੂੰ ਹੂੰ ਬਾਕੀ ਧਿਆਲ ਦਾ ਸੁਢੀ ਹੈ ਹੂੰ ਹੂੰ ਧਿਆਲ ਦਾ ਸੁਢੀ ਹੈ ਤਾਂ ਬੀਜੇਪੀ ਵਾਲਾ ਪੁਰਾਣਾ ਪਰ ਉਹ ਆਰਐਸਐਸ ਵਾਲਾ ਨਹੀਂ ਹੂੰ ਹੂੰ ਉਹ ਤਾਂ ਜੂਥ ਮੂਵਮੈਂਟ ਦੇ ਵਿੱਚੋਂ ਆਇਆ ਹੈ ਉਹਦੇ ਵੀ ਸਿਰ ਤੇ ਪੱਗ ਬੰਨੀ ਵੀ ਹੂੰ ਤੇ ਦੋ ਤਿੰਨ ਪੱਗਾਂ ਵਾਲੇ ਹੋਰ ਬੈਠੇ ਜੀ ਜੀ ਉਹਨਾਂ ਦੇ ਵਿੱਚ ਜਗਦੀਪ ਸਿੰਘ ਕਈ ਵੀ ਬੈਠਾ ਤੇ ਕਾਂਗਰਸ ਸਾਹਿਬ ਵੀ ਬੈਠੇ ਤੇ ਥੱਲੇ ਵੀ ਜਿਹੜੇ ਪਿੰਡਾਂ ਵਾਲੇ ਜਿਹੜੇ ਹੈਗੇ ਜੀ ਉਹ ਪਿੰਡਾਂ ਤੋਂ ਬੰਦੇ ਬੰਦੇ ਆਏ ਸੀ ਪਰ ਇੱਕ ਵੱਡੀ ਗੱਲ ਇੱਕ ਇਹ ਸਾਰਾ ਕੁਝ ਜਿਹੜੇ ਹੈਗਾ ਨੈਗੇਟਿਵ ਪੋਜ਼ਿਟਿਵ ਦੇ ਬਾਵਜੂਦ ਬੱਤੀ ਗੱਲ ਇਹ ਹੈ ਕਟਵੋਸ ਕਟਵੋਸ ਕਟ ਜਿਹੜਾ ਹੈਗਾ ਸੀ 16 17000 ਹੈਡ ਟੂ ਹੈਡ ਹੈਡ ਟੂ ਹੈਡ 16 16 1700 ਸੌਰੀ 16 1700 ਹੈਡ ਟੂ ਹੈਡ ਬੰਦੇ ਕਟਾਉ ਜਣਾ ਭਾਰਤੀ ਜਨਤਾ ਪਾਰਟੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਸਮਾਰੋਹ ਚ ਜ਼ਿਲ੍ਹਾ ਪ੍ਰਧਾਨ ਦੇ ਹਾਂ ਹਾਂ ਔਰ ਉਹ ਵੀ ਸਿਟੀ ਦੇ ਪ੍ਰਧਾਨ ਸਿਟੀ ਦੇ ਪ੍ਰਧਾਨ ਦੇ ਔਰ ਉਹਦੇ ਨਾਲ ਅਗਲੀ ਗੱਲ ਇਹ ਹੈ ਕਿ ਸਿਟੀ ਦੇ ਵਿੱਚ ਕੱਲੇ ਸ਼ਹਿਰੀ ਇੰਨਿਆਪਾ ਕਹਿ ਸਕਦੇ ਵੀ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦੇ ਲੋਕ ਵੀ ਬਰਾਬਰ ਜੀ ਕਿਉਂਕਿ ਬਾਬੂ ਸਰੂਪ ਚੰਦ ਜਿਹੜੇ ਆਏ ਆ ਉਹ ਆਇਆ ਕਾਲੀ ਦਲ ਚੋਂ ਕਾਲੀ ਦਲ ਚੋਂ ਇਹ ਨਾਲ ਪਿੰਡੂ ਬੰਦਾ ਜੀ ਪਿੰਡੂ ਬੰਦਾ ਕਾਲੀ ਦਲ ਚੋਂ ਆਇਆ ਤੇ ਜਿਹੜਾ ਕਾਲੀ ਦਲ ਦਾ ਕਾਡਰ ਹੈ ਹਾਂ ਹਾਂ ਕੱਲ ਜਿਹੜਾ ਕਾਲੀ ਦਲ ਦਾ ਕਾਡਰ ਜਿਹੜਾ ਨਾ ਉਹਨਾਂ ਦੇ ਨਾਲ ਦਿਖਦਾ ਸੀ ਹਮ ਹਮ ਕਾਲੀ ਦਲ ਦੇ ਜਿਹੜੇ ਉੱਪਰ ਇਹਨਾਂ ਦਾ ਪਿੰਡ ਵੀ ਉਹ ਨੀਰੂ ਬਾਜਵਾ ਵਾਲਾ ਪਿੰਡ ਹੀ ਆ ਜਿਹੜੀ ਫਿਲਮ ਐਕਟਰੈਸ ਹੈ ਨਾ ਨੀਰੂ ਬਾਜਵਾ ਇਹ ਅੱਛਾ ਨੀ ਅੱਛਾ ਅੱਛਾ ਬਾਜਵਾ ਹੈਗੇ ਸਾਡੇ ਮਿੱਤਰ ਹੈ ਬਾਜਵਾ ਹੈ ਗੁਰਦੀਪ ਸਿੰਘ ਬਾਜਵਾ ਵੀ ਉਸੇ ਦੇ ਅੱਛਾ ਉਹ ਤੋਂ ਉਸੇ ਪਿੰਡ ਦਾ ਹੀ ਹੈ ਨਾ ਅੱਛਾ 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 ਤਾਂ ਉਹ ਜਿਹੜੇ ਹੈਗੇ ਇਹਨਾਂ ਨੇ ਕੱਲ ਜਿਹੜਾ ਜਿਹੜਾ ਕਾਲੀ ਕਾਰਡ ਰਹਿਣਾ ਜਿਹੜਾ ਅਸਲ ਜ਼ਮੀਨ ਨਾਲ ਜੁੜਿਆ ਹੋਇਆ ਕਾਰਡ ਉਹ ਦੇਖਦਾ ਕਿਉਂਕਿ ਜਿਹੜੇ ਤਾਂ ਕਾਲੀ ਦਲ ਦੇ ਹੈਗੇ ਲੀਡਰ ਵੱਡੇ ਜੀ ਜਿਵੇਂ ਹੁਣ ਕਾਉਂਸਲਰ ਲੈਵਲ ਆਏ ਬਬਲੀ ਜਿੱਤੇ ਲੋਹਰ ਕੇ ਆ ਗਏ ਇਹ ਵੱਡੇ ਲੀਡਰਾਂ ਚ ਆ ਗਏ ਜੀ ਜਿਹੜੇ ਮੱਲੇ ਵਾਲੇ ਲੀਡਰ ਹੈ ਨਾ ਉਹ ਕੱਲ ਉਹਦੇ ਨਾਲ ਸੀ ਅੱਛਾ ਜੀ ਤੇ ਦੂਜੇ ਜਿਹੜੇ ਪੁਰਾਣੇ ਕਾਲੀ ਸੀ ਉਹ ਮਨਪ੍ਰੀਤ ਦੇ ਨਾਲ ਚਲੇ ਗਏ ਸੀ ਕਾਂਗਰਸ ਦੇ ਕਾਂਗਰਸ ਚ ਬਿਲਕੁਲ ਉਹ ਹੁਣ ਕਾਂਗਰਸ ਦੇ ਵਿੱਚ ਭਾਵੇਂ ਗਿਣਤੀ ਆਪਾਂ ਉਹਨਾਂ ਦੀ ਕਾਂਗਰਸ ਕਰ ਲਈਏ ਪਰ ਉਹ ਮਨਪ੍ਰੀਤ ਨਾਲ ਹੀ ਹੈ ਹਾਂ ਤਾਂ ਮਨਪ੍ਰੀਤ ਨਾਲ ਹੀ ਉਹਨਾਂ ਉਹਨਾਂ ਦੇ ਕੋਲੇ ਵੀ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਹੈਗੇ ਜਿਹੜੇ ਜ਼ਮੀਨ ਨਾਲ ਜੁੜੇ ਹੈ ਪਰ ਸਾਰੇ ਨਹੀਂ ਸਾਰੇ ਨਹੀਂ ਇਹ ਜਿਹੜਾ ਸਰੂਪ ਚੰਦ ਕੱਲ ਜਿਹੜਾ ਹੈ ਨਾ ਜ਼ਮੀਨ ਨਾਲ ਜੁੜੇ ਹੋਏ ਅਕਾਲੀ ਦਲ ਦਾ ਕਾਫੀ ਕਾਡਰ ਲੈ ਕੇ ਗਿਆ ਹਾਂ ਹਾਂ ਔਰ ਇਹਦੇ ਨਾਲ ਜਿਹੜੀ ਹੈ ਜਿਵੇਂ ਕੱਲ ਬੜਕਾਂ ਵੀ ਮਾਰੀਆਂ ਜਾ ਰਹੀਆਂ ਸੀ ਜੀ ਅਸ਼ਵਨੀ ਕੁਮਾਰ ਸ਼ਰਮਾ ਵੱਲੋਂ ਵੀ ਇਹ ਹੁਣ ਸਾਨੂੰ ਅਸੀਂ ਤੁਹਾਨੂੰ ਕਹਿੰਦੇ ਇਹ ਜਿਆ ਪ੍ਰਧਾਨ ਦੇਤਾ ਹੂੰ ਹੂੰ ਜਿਹੜਾ ਪ੍ਰਧਾਨ ਕਹਿੰਦਾ ਥਾਣੇਦਾਰ ਦੀ ਅੱਖ ਚੱਕ ਪਾ ਕੇ ਗੱਲ ਕਰਨ ਵਾਲਾ ਗੱਲ ਕਰਨ ਵਾਲਾ ਅੱਛਾ ਜੀ ਇਹ ਪ੍ਰਧਾਨ ਕਹਿੰਦੇ ਉਹ ਨਹੀਂ ਵੀ ਜਿਹੜੇ ਬੰਦੇ ਨੂੰ ਕਹਿੰਦਾ ਵੀ ਡੀਸੀ ਤੇ ਆਪਣਾ ਐਸਡੀਐਮ ਤੇ ਐਸਐਸਪੀ ਵਾਪਸ ਮੋੜ ਦੇਣਾ ਜੀ ਕਹਿੰਦਾ ਬਿਸਕਟਾਂ ਨਾਲ ਚਾਹ ਪੀ ਪੀਉਣੀ ਪਿਆ ਕਰੂ ਇਹ ਦੋਨੇ ਗੱਲਾਂ ਹੀ ਐ ਇੱਕ ਤਾਂ ਉਹਦੀ ਯੋਗਤਾ ਦੀ ਗੱਲ ਵੀ ਕਰਕੇ ਕਿ ਬੰਦਾ ਤਜਰਬੇਕਾਰ ਹੈ ਜੀ ਤਜਰਬੇਕਾਰ ਹੈ ਤੇ ਦੂਜਾ ਫਿਰ ਇਹ ਵੀ ਦੱਸ ਗਿਆ ਕਿ ਭਾਈ ਚਾਰ ਪੈਸੇ ਵੀ ਸੈਂਟਰ ਵੀ ਸਾਡੇ ਸੈਂਟਰ ਸਾਡੇ ਕੋਲੇ ਹੈ ਤੇ ਚਾਰ ਪੈਸੇ ਵੀ ਹੈਗੇ ਹੂੰ ਹੂੰ ਸੋ ਕੁੱਲ ਮਿਲਾ ਕੇ ਆਪਾਂ ਦੇਖੀ ਭਾਵੇਂ ਕੱਲ ਨਜਲਾ ਤਕਾਲੀ ਦਲ ਤੇ ਝਾੜਿਆ ਜੀ ਪਰ ਉਹ ਕਾਲੀ ਦਲ ਤੇ ਨਜਲਾ ਝਾੜਨ ਦੇ ਨਾਲ ਨਾਲ ਸਰਕਾਰ ਤੇ ਵੀ ਨਜਲਾ ਝਾੜਟ ਲੈ ਵੀ ਇਹ ਜੀ ਇਹਨਾਂ ਨੇ ਪਲਾਂਟ ਨਹੀਂ ਲਗਣ ਦਿੱਤਾ ਜਿਹੜਾ ਹੈ ਕੈਮੀਕਲ ਪਲਾਂਟ ਹੈ ਮੈਗਾ ਆਪਣਾ ਟੈਕਸਟਾਈਲ ਪਲਾਂਟ ਹੂੰ ਹੂੰ ਇਹ ਨਹੀਂ ਲਗਣ ਦਿੱਤਾ ਇਹਦੇ ਨਾਲ ਨੁਕਸਾਨ ਹੋ ਰਿਹਾ ਫਿਰ ਹੋਰ ਵੀ ਕੀਤਾ ਕਹਿੰਦੇ ਜੀ ਦੇਖੋ ਕਿਸਾਨਾਂ ਨੂੰ ਕੀ ਤੁਸੀਂ ਵੀ ਤੁਹਾਨੂੰ ਅਸੀਂ ਪੈਸੇ ਦੇ ਦਿਆਂਗੇ ਫਸਲਾ ਮਰੀਆਂ ਦੀ ਪੈਸੇ ਨਹੀਂ ਦਿੱਤੇ ਕਰ ਉਹ ਜਿੰਨੇ ਕੁ ਪੈਸੇ ਤੁਸੀਂ ਪਾਈ ਜਿਹੜਾ ਤੁਹਾਡਾ ਕ੍ਰਾਈਟੇਰੀਆ ਬਣਿਆ ਉਹਨਾਂ ਇੱਕ ਸਰਕਾਰ ਦੇ ਦੇ ਦੂਬਦ ਦੇ ਨਹੀਂ ਸਕਦੀ ਉਹ ਚਾਹੇ ਕਾਂਗਰਸੀ ਸਰਕਾਰ ਆ ਚਾਹੇ ਕਾਲੀ ਦਲ ਦੀ ਆ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨਾ ਕੁ ਆਪਾਂ ਪਰ ਇਕੜ ਦੇਣ ਦਾ ਪ੍ਰੋਟੋਕੋਲ ਆਪਣਾ ਬਣਿਆ ਹੋਇਆ ਤੁਹਾਡਾ ਨਿਜ਼ਮ ਬਣਿਆ ਉਹ ਨਿਜ਼ਮ ਤੋਂ ਬਾਤ ਨਹੀਂ ਸਕਦੇ ਤੇ ਵੈਸੇ ਵੀ ਪੰਜਾਬ ਸਰਕਾਰ ਕੋਲੇ ਪੈਸਾ ਹੈ ਵੀ ਕੀ ਹੁਣ ਤਾਂ ਤੁਸੀਂ ਦੇਖੋ ਇਹਨਾਂ ਦੇ ਉੱਤੇ ਇੱਕ ਹੋਰ ਕੰਜਾ ਕਸਤਾ ਕਹਿੰਦੇ ਆਰਡੀਐਫ ਵਾਲਾ ਭਾਈ ਸਾਹਿਬ ਤੁਸੀਂ 6% ਲੈਨੇਓ ਅੱਛਾ ਜੀ ਇਹ ਘਟਾ ਕੇ 2% ਕਰੋ ਹੂੰ ਹੂੰ ਜਿਹੜਾ ਪੰਜਾਬ ਦਾ ਟੈਕ ਪੰਜਾਬ ਦੇ ਲੋਕਾਂ ਤੋਂ ਪੰਜਾਬ ਦਾ ਟੈਕਸ ਲੈਂਦੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਉਹਦੇ ਤੇ ਵੀ ਕੱਟ ਲਾ ਰਹੀ ਹੈ ਅੱਛਾ ਜੀ ਤੇ ਜੇ ਆਪਾਂ ਦੇਖੀ ਜੀਐਸਟੀ ਵਗੈਰਾ ਦੇ ਰਹੀ ਤਾਂ ਉਹ ਵੀ ਉਹ ਤਾਂ ਹੈਗਾ ਹੀ ਹੈਗਾ ਜੀ ਚਲੋ ਸਭ ਇਹ ਵੀ ਪਤਾ ਚੱਲੇ ਅਸ਼ਵਨੀ ਕੁਮਾਰ ਜਦੋਂ ਕੱਲ ਉਹ ਜਿਹੜਾ ਤਲਵੰਡੀ ਡਾਕਟਰ ਦੇ ਗੈਂਗਸਟਰ ਨੇ ਗੋਲੀ ਮਾਰੀ ਸੀ ਪੈਸੇ ਉਹਨਾਂ ਨੂੰ ਮਿਲ ਕੇ ਆਏ ਤੇ ਉਸ ਤੋਂ ਬਾਅਦ ਪੁਲਿਸ ਤੇ ਬੜਾ ਪ੍ਰੈਸ਼ਰ ਆ ਗਿਆ ਸੀ ਸਰਕਾਰ ਤੇ ਹੀ ਪ੍ਰੈਸ਼ਰ ਆ ਗਿਆ ਸੀ ਕਹਿੰਦੇ ਇਹਨਾਂ ਨੂੰ ਫੜਨ ਦਾ ਨੇਚਰਲ ਹੈ ਜੀ ਉਹ ਤਾਂ ਕੁਦਰਤੀ ਹੈ ਕੱਲ ਕੱਲ ਕੱਲਾ ਅਸ਼wini ਕੁਮਾਰ ਗਿਆ ਹੈ ਹਮਮ ਬਾਕਾਇਦਾ ਉਹ ਮੈਕਸ ਹਸਪੀਟਲ ਦੇ ਵਿੱਚ ਗਿਆ ਉਹ ਡਾਕਟਰ ਜਿਨ੍ਹਾਂ ਦੇ ਗੋਲੀ ਵੱਜੀ ਹੈ ਹਮਮ ਉਹਨਾਂ ਨੂੰ ਵੀ ਮਿਲੇ ਡਾਕਟਰ ਸਾਹਿਬ ਨੂੰ ਉਹਦਾ ਪਤਾ ਖਬਰ ਲਈਏ ਉਸ ਤੋਂ ਬਾਅਦ ਹਮਮ ਉਪਰੋਂ ਥੱਲੇ ਫਿਰ ਅਟੈਕ ਹੋਇਆ ਹਾਂਜੀ ਕੱਲਾ ਅਸ਼wini ਸ਼ਰਮੇ ਨੇ ਨਹੀਂ ਅਟੈਕ ਕੀਤਾ ਫਿਰ ਅਟੈਕ ਸੁਖਬੀਰ ਸਿੰਘ ਬਾਦਲ ਨੇ ਵੀ ਕੀਤਾ ਹੈ ਅੱਛਾ ਜੀ ਉਹ ਕਹਿੰਦਾ ਜੀ ਪੰਜਾਬ ਸਰਕਾਰ ਨਾਲ ਦੀ ਚੀਜ਼ ਹੀ ਕੋਈ ਨਹੀਂ ਗੈਂਗਸਟਰਾਂ ਦੇ ਹਵਾਲੇ ਰਾਜ ਹਮਮ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਵੀ ਅਟੈਕ ਕੀਤਾ ਹੈ ਹਮਮ ਕਿਉਂਕਿ ਜਦੋਂ ਪੋਲੀਟੀਕਲ ਅਟੈਕ ਇਹਨਾਂ ਤਿੱਖਾ ਹੋਣ ਲੱਗ ਜੇ ਜੇ ਨਹੀਂ ਬੋਲੀ ਤਾਂ ਕਾਂਗਰਸ ਨਹੀਂ ਬੋਲੀ ਕਾਂਗਰਸ ਨਹੀਂ ਬੋਲੀ ਉਹ ਆਦੇ ਰਾਤ ਯਾਤਰਾ ਸੀ ਉਹ ਰਾਤ ਯਾਤਰਾ ਦੇ ਵਿੱਚ ਸੀ ਤੇ ਰਾਤ ਯਾਤਰਾ ਨਾਲ ਵੀ ਆ ਜਾ ਚੌਦਰੀ ਸੰਤੋਖ ਸਿੰਘ ਦੀ ਮੌਤ ਹੋਣ ਦੀ وجہ ਕਰਕੇ ਉਧਰ ਉਲਝੇ ਹੋਈ ਸੀ ਰਾਤ ਯਾਤਰਾ ਵੀ ਉਹਨਾਂ ਦੀ ਮੇਰੇ ਖਿਆਲ 18-20 ਘੰਟੇ ਰੁਕੀ ਸੀ ਹੂੰ 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 ਉਸ ਤੋਂ ਬਾਅਦ ਉਹਨਾਂ ਨੂੰ ਉਧਰ ਬਠਿੰਡੇ ਵਾਲੇ ਪਾਸੇ ਇਹ ਬਠਿੰਡੇ ਦੀ ਲੀਡਰਸ਼ਿਪ ਨੂੰ ਬੋਲਣਾ ਚਾਹੀਦਾ ਸੀ ਵੈਸੇ ਉਹ ਨਹੀਂ ਬੋਲੇ ਪੋਲੀਟੀਕਲ ਉਹਦਾ ਜੇ ਜੇ ਪੋਲੀਟੀਕਲ ਵਿਰੋਧੀ ਜਦੋਂ ਸਰਕਾਰ ਤੇ ਹਮਲੇ ਕਰਦੇ ਆ ਫਿਰ ਉਹਦਾ ਤੁਹਾਨੂੰ ਪਤਾ ਹੈ ਪ੍ਰੈਕਟਿਕਮ ਤਾਂ ਹੁੰਦਾ ਵੈਸੇ ਕਹਿੰਦੇ ਫਿਰ ਅੱਜ ਤੁਸੀਂ ਪ੍ਰੈਸ ਕਾਨਫਰੰਸ ਜਾ ਕੇ ਆਏ ਉਹ ਕਹਿੰਦੇ ਜੀ ਬੰਦੇ ਵੀ ਫੜ ਲਏ ਬੰਦੇ ਸੱਤ ਫੜ ਲਏ ਜੀ ਕਹਿੰਦੇ ਅਸਲਾ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਿਆ ਢਿੱਲੂ ਸਾਹਿਬ ਅੱਛਾ ਜੀ ਮੈਨੂੰ ਖਾਜਮ ਜਾਣੀ ਹੋ ਰਿਹਾ ਵੀ ਐਡੇ ਵੱਡੇ ਗੈਂਗਸਟਰ ਅਸਲਾ ਤਾਂ ਮਾਟੋਮੈਟਿਕ ਹਰੇਕ ਚੱਕੀ ਫਿਰਦਾ ਹੈ ਹਾਂਜੀ ਇੱਕ ਤਾਂ ਪਿੱਤਲ ਦੇ ਮੁਠੇ ਵਾਲਾ 315 ਬੋਰ ਜੀ ਅੱਛਾ ਦੇਸੀ 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 ਪਿਸਤੌਲ ਤੇ ਦੂਜਾ 12 ਬੋਰ ਦੇ ਸੀ ਅੱਛਾ 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 ਤੇ ਢਿੱਲੂ ਸਾਹਿਬ ਫਿਰ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਹਾਂਜੀ ਕਿਤੇ 12 ਬੂਰ ਦੇ ਕਾਰਤੂਸ ਦੇ ਮੂੰਹ ਅੱਗੋਂ ਚੱਲੇ ਬਾਦ ਮੁੜਦਾ ਹੁੰਦਾ ਅੰਦਰ ਨੂੰ ਨਾ ਸਵਾਲੀ ਪਰਾਂ ਬੂਰ ਦੇ ਉਹ ਗੱਲ ਹੈ ਵੀ ਆਮ ਤੌਰ ਦੇ ਉੱਤੇ ਜਦੋਂ ਕਿਸੇ ਮੁੰਡੇ ਦੇ ਮਤਲਬ ਚੰਗਾ ਪੂਰਾ ਟੌਰ ਟੂਰ ਕੱਢੀ ਉਹਨਾਂ ਮੁੱਛਾ ਮੱਛਾ ਨੂੰ ਬੜ ਬੜ ਦਿੱਤੇ ਹੋਣ ਤੇ ਬੋਧੀਆਂ ਬਾਧੀਆਂ ਬਾਈਆਂ ਹੋਵੇ ਹਾਂ ਹਾਂ ਤੇ ਬੰਦਾ ਹੋਵੇ 27 28 ਸਾਲ ਦਾ ਪੂਰਾ ਪਰਮਾ ਸਰੀਰ ਹੂੰ ਹੂੰ ਉਦੋਂ ਕਹਿੰਦੇ ਮੁੰਡਾ ਚੋਰੀ ਦੇ ਪਿਸਤੌਲ ਵਰ ਗਏ ਹੂੰ ਹੂੰ ਚੋਰੀ ਦਾ ਪਿਸਤੌਲ ਚ ਚੱਲੇ ਹੁਣ ਉਹ ਮੂੰਹ ਪਾੜ ਦਿੰਦਾ ਤੇ ਉਹ ਮੂੰਹ ਵੀ ਪਾੜ ਦਿੰਦਾ ਤੇ ਕਈ ਜਿਹੜੀ ਨਾਲ ਵੀ ਪਾੜ ਦਿੰਦਾ ਹਾਂ ਹਾਂ ਰਾਉਂਦ ਕਿੱਥੇ ਰਹਿ ਜੂਗਾ ਉਦੋਂ ਤੇ ਉਹ 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 ਤਾਂ ਜਿਹੜਾ ਜਿਹੜਾ ਮੁੰੜਿਆ ਗੁੰਮੜੇ ਹੋਈ ਸੀ ਘਰ ਤੁਸੀਂ ਅੰਦਰੋਂ ਵਿੱਚੋਂ ਜਿਵੇਂ ਉਹ ਜਿਵੇਂ ਆਪਾਂ ਕੰਨੀ ਨਹੀਂ ਮੋੜ ਦਿੰਦੇ ਅੰਦਰ ਨੂੰ ਮੈਨੂੰ ਦ ਨੇ ਹੋਰ ਚ ਗੱਲ ਹੋਰ ਹੈ ਜਿਹੜੀ ਵੱਡੀ ਗੱਲ ਇੱਕ ਉਹਦੇ ਚ ਹੋਰ ਹੈ ਕਿ ਜਿਹੜੇ ਬੰਦੇ ਫੜੇ ਹੂੰ ਹੂੰ ਇਹ ਬੰਦੇ ਹੈ ਕੌਣ ਇਹ ਵੀ ਤਾਂ ਵੇਖਣ ਵਾਲੀ ਗੱਲ ਹੈ ਇਹ ਵੇਖਣ ਵਾਲੇ ਜਿਹੜੇ ਜਿਹੜੇ ਤਲਵੰਡੀ ਸਾਬੋ ਦੇ ਲੋਕਾਂ ਨਾਲ ਗੱਲ ਹੋਈ ਹੈ ਮੇਰੀ ਵੀ ਸਵੇਰੇ ਗੱਲ ਹੋਈ ਹੈ ਹਾਂ ਹਾਂ ਬੜੇ ਪ੍ਰੋਮਿਨੈਂਟ ਆਦਮੀ ਨਾਲ ਗੱਲ ਹੋਈ ਹੈ ਵੀ ਕਿਹੋ ਜਿਹੇ ਬੰਦੇ ਹਾਂ ਹਾਂ ਉਹ ਕਹਿੰਦੇ ਵੀ ਜਿਹੜੇ ਦੋ ਤਿੰਨ ਬੰਦੇ ਜਿਹੜੇ ਇੱਥੇ ਬੈਠ ਕੇ ਸਾਰੇ ਸੂਤਰਤਾ ਰਹੇ ਹਾਂ ਹਾਂ ਜਿਹੜੇ ਇਹਦੇ ਸੰਚਾਲਿਤ ਕਰਦੇ ਇਸ ਗੈਂਗ ਨੂੰ ਉਹਨਾਂ ਨੇ ਤਾਂ ਚਾਹ ਨਹੀਂ ਰਿਹਾ ਕੋਈ ਉਹਨਾਂ ਕਨੇ ਨਹੀਂ ਚੱਕਿਆ ਕੋਈ ਉਹਨਾਂ ਕਨੇ ਨਹੀਂ ਚੱਕਿਆ ਕੋਈ ਮੰਨੇ ਦਾ ਨਾ ਹਾਰੇ ਬਾਰੀ ਬਾਰੀ ਹਾਂ ਉਹ ਜੀ ਮੰਨੇ ਦਾ ਜੇਲ੍ਹ ਚ ਜੇਲ੍ਹ ਚ ਮੰਨਾ ਆਪ ਤਾਂ ਨਹੀਂ ਇੱਥੇ ਕੁਝ ਕਰਦਾ ਮੰਨੇ ਦੇ ذریعے ਮਤਲਬ ਜਿਹੜੇ ਹੈਗੇ ਆ ਬੰਦੇ ਜਿਹੜੇ ਕਰਾਉਂਦੇ ਹੈਗੇ ਹੂੰ ਹੂੰ ਉਹਨਾਂ ਬੰਦੇ ਬਾਰੇ ਉਹਨਾਂ ਬਾਰੇ ਤਾਂ ਕਹਿੰਦੇ ਬੋਲਦੇ ਕੁਝ ਤੇ ਮੁੰਡਿਆਂ ਦੇ ਲੀੜੇ ਕੱਪੜੇ ਦੇਖੀ ਤਾਂ ਇਹ ਨਹੀਂ ਲੱਗਦਾ ਵੀ ਉਹ ਫੜੇ ਹੁੰਦੇ ਹੁੰਦੇ ਤਾਂ ਵਧੀਆ ਜੈਕਟਾਂ ਪਾਈਆਂ ਵਧੀਆ ਕੱਪੜੇ ਪਾਏ ਜਿਵੇਂ ਕਿਤੇ ਬੰਦੇ ਭੱਜੇ ਹੋਣ ਕੀਤੇ ਹੋਣ ਤੁਸੀਂ ਵੀ ਸਿਆਣੇ ਵੀ ਮਿੱਟੀ ਘੱਟਾ ਤਾਂ ਲੱਗ ਹੀ ਜਾਂਦਾ ਖੈਰ ਗੱਲ ਇਹ ਵੀ ਪਤਾ ਨਹੀਂ ਫਿਰ ਮਜਬੂਰੀ ਵੀ ਹੋ ਜਾਂਦੀ ਹੈ ਨਾ ਅਸ਼ਵਨੀ ਸ਼ਰਮਾ ਵੀ ਬੋਰ ਪਿਆ ਤੇ ਬਾਦਲ ਪਾਰਲੀਮੈਂਟ ਦੇ ਦੋਨੋਂ ਮੈਂਬਰ ਬੋਲ ਤੇ ਮੀ ਆ ਮੈਨੂੰ ਅਸਲਾ ਜਹਾਜ ਨਹੀਂ ਹੋਇਆ ਟੱਲਾ ਸਾਹਿਬ ਬਾਕੀ ਤਾਂ ਚਲੋ ਨਹੀਂ ਅਸਲਾ ਤਾਂ ਗੱਲ ਹੈ ਜੀ ਗੈਂਗਸਟਰਾਂ ਕੋਲ ਗੱਲ ਕਰਕੇ ਗੈਂਗਸਟਰਾਂ ਕੋਲ ਠੀਕ ਹੈ ਕੰਟਰੀ ਮੇਡ ਦੀ ਗੱਲ ਵੀ ਆਉਂਦੀ ਹੈ ਪਰ ਕੰਟਰੀ ਮੇਡ ਦੀ ਪਿਛਲੇ ਸਮੇਂ ਚ ਆ ਪਰ ਇਹੋ ਜੇ ਕੰਮ ਲਈ ਅੱਜ ਕੱਲ ਨਹੀਂ 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 ਮੈਂ ਕਹਿੰਦਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੈਪਨ ਇਸਤੇਮਾਲ ਕੀਤੇ इवन ਸਿੱਧੂ ਮੂਸੇ ਵਾਲੇ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਆਪਣੇ ਅਸਾਲਟ ਇਸਤੇਮਾਲ ਕੀਤੀ ਹੈ ਉਹ ਆ ਅਸਾਲਟ ਬਾਰੇ ਵੀ ਕਿਹਾ ਜਾਂਦਾ ਕਿ ਉਹ ਵੀ ਬਾਹਰ ਦੀ ਆਪਣੇ ਕੋਲ ਮੱਧਿਆ ਪ੍ਰਦੇਸ਼ ਤੋਂ ਮੱਧਿਆ ਪ੍ਰਦੇਸ਼ ਤੋਂ ਆਈ ਹੈ ਮੱਧਿਆ ਪ੍ਰਦੇਸ਼ ਮੱਧਿਆ ਪ੍ਰਦੇਸ਼ ਇਓ ਲੱਗਦਾ ਜਿਵੇਂ ਬਿਲਕੁਲ ਬਲੈਤੀ ਅਸਲੇ ਹੂੰ ਹੂੰ ਪਿਸਟਲ ਵੀ ਹੈ ਰਿਵਾਲਵਰ ਵੀ ਹੈਗੇ ਹੈ ਮਾਜੇ ਤਲਵੰਡੀ ਫੜਿਆ ਸੀ ਬੰਦਾ ਮੱਧਿਆ ਪ੍ਰਦੇਸ਼ ਤੋਂ ਲਿਆ ਕੇ ਅੱਗੇ ਵੇਚਦਾ ਸੀ ਹਾਂਜੀ 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 ਤਲਵੰਡੀ ਹੀ ਕਿਉਂ ਫੜਿਆ ਗਿਆ ਵੀ ਵੇਖਣ ਵਾਲੀ ਗੱਲ ਹਾਂ ਉਹ ਉਹ ਬੜੇ ਵੈਪਨ ਜਿਹੜੇ ਹੈਗੇ ਬੜੇ ਆ ਰਹੇ ਆ ਉਹ ਪਤਾ ਨਹੀਂ ਹੁੰਦੀ ਵੀ 12 ਬੋਰ ਤੇ 315 ਬੋਰ ਨਾਲ ਕਿਵੇਂ ਜੀ ਹਬਾ ਬਾਰਿਕ ਸਨੇਹ ਲਾਲ ਜੀ ਫੇਰ ਹਾਜ਼ਰ ਹੋਣੇ ਜੁੜੇ ਰੋ ਰੇੜੀਆ ਪੰਜਾਬ ਤੋਂ ਜੀ ਫਿਆਲੀ ਕਪੜੀਆਂ ਦੀ ਤੇ ਸ਼ਾਪਿੰਗ ਹੋ ਗਈ ਲਾ ਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਾ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕ ਹੀਰੇ ਜਿਹੜੇ ਸੈਟ ਲਾਈਟ ਵੇਟ ਨੈਕਲਿਸ ਚੇਨ ਕੜੇ ਚੂੜੀਆਂ ਨਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਪਥੇਰਾ ਕੁਝ ਐਸੀ ਜੁਅਲਰ ਸ਼ਾਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੰਦੀ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ तो मैन बस एक गल दस आज जी तू ट्रेवलिंग कर दूध फ्रीजिट दो पार्किंग रोटी ठेका लॉन्ड्री शावर ट्रक हो सामान आसानी मिलेगा हूने कॉल करो तीन सो सो बवंजा सठ छिया थ्री सिक्स जीरो टू

ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥਪਾਈਕ ਬੈਥਲਮ ਪੀਏ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਪੈਡ ਕ੍ਰੈਡਿਟ ਨੋ ਪ੍ਰੋਬਲਮ ਵਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਇਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਏਸਟੇਟ ਕੰਪਨੀ DH ਰੀਅਲ ਏਸਟੇਟ ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ ਕਿਸੇ ਵੀ ਤਰ੍ਹਾਂ ਦੀ ਕੋਟੀ 플랫 플ੌਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਏਸਟੇਟ ਨਾਲ ਸੰਪਰਕ ਕਰੋ ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ ਸੌਦਾ ਬੈਠੇ ਪਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ ਨੰਬਰ ਹੈ DH ਰੀਅਲ ਏਸਟੇਟ ਦਾ 9 7807058+91 ਇੰਡੀਆ ਦਾ ਕੋਡ ਲਾਉਣਾ WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਆ 9877507058 DH ਰੀਅਲ اسٹیਟ ਇਹਨਾਂ ਦਾ slogan ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ 플랫 ਕੋਟੀ ਜਾਂ ਫਿਰ 플랫 ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਕਟਰਕ ਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਵਧੀਆ ਸਰਵਿਸ ਲਈ ਕੁਇਕ ਕਟਰਕ ਲੂਬ ਲੋਜੀ TGI ਲੋਕੇਸ਼ਨ ਵੀ ਕੋਲਤੀਆ ਐਗਜ਼ਿਟ 579 ਫਰੋਮ ਹਾਈਵੇ 401 ਇਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨਾਪਨੀ ਕੁਇਕ ਕਟਰਕ ਲੂਬ ਦ ਵਨ ਸਟਾਪ ਸ਼ਾਪ 5196220660 ਜਾਂ quicktrucklub.com QTL ਬਿਕੋਜ਼ ਵੀ ਕੇਅਰ ट्रक यू स्टेट लाइन ट्रक एंड ट्रेलर वर्जीनिया स्टेट लाइन ਤੇ ਲੈ ਕੇ ਆਏ ਨੇ ট্রাক ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ फ्लाइंग जेट ट्रक ਸ਼ਾਪ ਜਿੱਥੇ ট্রাকਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ট্রাক ਰਿਪੇਅਰ ਲਈ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050 ਸੋ ਪ੍ਰੋਗਰਾਮ ਸ਼ਮਾਨਦਾਨ ਦੇ ਵਿੱਚ ਤੁਹਾਡਾ ਮੁਰ ਤੋਂ ਸਵਾਗਤ ਹੈ ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਪ੍ਰੋਗਰਾਮ ਸ਼ਮਾਨਦਾਨ ਦੇ ਵਿੱਚ ਐਡਵਰਟਾਈਜ਼ਮੈਂਟ ਕਰਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 ਤੇ ਅੱਜ ਅਸਵੇਤਾ ਗੱਲ ਕਰ ਲਈ ਆਪਾਂ ਭਾਜਪੀ ਦੇ ਉਹਨਾਂ ਆਗੂਆਂ ਦੀ ਜਿਹੜੇ ਕਹਿੰਦੇ ਸੀ ਕਿ ਜੀ ਪੰਜਾਬ ਚ ਨਹੀਂ ਲੱਗਿਆ ਘਾਟੇ ਵਾਲਾ ਸੌਦਾ ਇਹਦੀ ਬਦੌਲਤ ਨਹੀਂ ਲੱਗਿਆ ਇਹਦੀ ਬਦੌਲਤ ਨਹੀਂ ਲੱਗਿਆ ਪਰ ਬੀਜੇਪੀ ਦੀ ਕੇਂਦਰ ਵਾਲੀ ਸਰਕਾਰ ਨੂੰ ਫਿਰ ਕਾਂਗਰਸੀ ਆਗੂ ਨੇ ਘੇਰ ਲਏ ਕਹਿੰਦੇ ਇਹ ਤਾਂ ਨਿਆਂਪਾਲਿਕਾ ਤੇ ਕਬਜ਼ਾ ਕਰਨ ਨੂੰ ਫਿਰਦੇ ਲੋਕ ਤਾਂ ਘਰਾਂ ਸੜਕਾਂ ਤੇ ਕਰਦੇ ਹੁੰਦੇ ਆ ਬਿਲਕੁਲ ਕਾਂਗਰਸੀ ਨਹੀਂ ਰਹੇ ਜੀ ਅੱਜ ਕੱਲ ਹੂੰ ਸਾਫਾ ਹੋ ਗਏ ਅੱਛਾ ਜੀ ਕਪਲ ਸਿਮਬਲ ਪਹਿਲਾਂ ਕਾਂਗਰਸੀ ਵਿੱਚ ਵਜ਼ੀਰ ਹੁੰਦੇ ਸੀ ਹਾਂ ਹਾਂ ਫਿਰ ਉਹ ਤੁਹਾਡੇ 23 G23 ਵਾਲੇ ਗਰੁੱਪ 'ਚ ਆ ਗਏ ਗਰੁੱਪ 'ਚ ਆ ਗਏ ਸੀ ਹਾਂ ਹਾਂ ਵਕੀਲਾਂ ਆਂਬਰ ਹੈ ਹੂੰ ਹੂੰ ਲੀਡਰਾਂ ਨੂੰ ਇਹਦੇ ਵਕੀਲਾਂ ਦੀ ਲੋੜ ਹੁੰਦੀ ਹੈ ਜੀ ਤੇ ਫਿਰ ਉਹ ਤਿੰਡੇ ਤੋਂ ਪਤਾ ਲੱਗਿਆ ਵੀ ਇਦਰੋਂ ਤਾਂ ਮਿਆਦ ਖਤਮ ਹੋ ਗਈ ਸੀ ਰਾਜ ਸਭਾ ਦੀ ਹੂੰ ਹੂੰ ਤੇ ਰਾਜ ਸਭਾ ਲਈ ਉਹਨਾਂ ਦੀ ਨੋਮੀਨੇਸ਼ਨ ਹੋ ਗਈ ਜੀ ਜੀ ਇਲੈਕਸ਼ਨ ਲੜਨ ਵਾਸਤੇ ਹੂੰ ਹੂੰ ਤੇ ਉਹ ਹੋ ਗਈ ਸੀ ਸਮਾਜਵਾਦੀ ਪਾਰਟੀ ਵੱਲੋਂ ਜੀ ਅੱਜ ਕੱਲੋਂ ਮੁਲਾਇਮ ਸਿੰਘ ਯਾਦਵ ਦੇ بیٹے ਖਲੀਸ਼ ਸਿੰਘ ਯਾਦਵ ਵਾਲੀ ਪਾਰਟੀ ਸਮਾਜਵਾਦੀ ਕਾਟੀ ਦੇ ਰਾਜ ਸਭਾ ਮੈਂਬਰ ਹੈ ਹੂੰ ਹੂੰ ਬੰਦਾ ਸੈਕੂਲਰ ਹੈ ਕੋਈ ਸ਼ੱਕ ਨਹੀਂ ਹੂੰ ਹੂੰ ਔਰ ਜਿਨਨੇ ਬੜੇ ਅਹਿਮ ਮਾਮਲੇ ਜੀ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ 2-3 ਵਕੀਲ ਲੜਨ ਵਾਲੇ ਹੂੰ ਹੂੰ ਪ੍ਰਸ਼ਾਂਤ ਪੁੱਛਣਾ ਆ ਗਈ ਜੀ ਦਵੇ ਸਾਹਿਬ ਆ ਗਈ ਹਮ ਹਮ ਤੇ ਕਪਲ ਸਿਬਲ ਇਹ ਬੰਦੇ ਜਾ ਕੇ ਲੜਦੀ ਜੀ ਵਿਰੋਧ ਵਿੱਚ ਕਰਦੀ ਹੈ ਹਮ ਹਮ ਕਪਲ ਸਿਬਲ ਨੇ ਹੁਣ ਜਿਹੜੀ ਗੱਲ ਕਹੀ ਹੈ ਉਹਨੇ ਕਿਹਾ ਹੈ ਵੀ ਭਾਰਤੀ ਜਨਤਾ ਪਾਰਟੀ ਜੀ ਯਤਨ ਕਰ ਰਹੀ ਹੈ ਕਿ ਜੁਡੀਸ਼ਰੀ ਵੀ ਕਬਜ਼ੇ ਹੇਠ ਆ ਜਾਵੇ ਆ ਜੀ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਹਮ ਹਮ ਜਿਹੜਾ ਹੁੰਦਾ ਆਪਣਾ ਕੀ ਕਹਾਂਗੇ ਨੂੰ ਆਪਾਂ ਐ ਟ੍ਰਿਬਿਨਲ ਟ੍ਰਾਈਡਲ ਐ ਬਣਾਇਆ ਸੀ ਇਹਨੇ ਕਮਿਸ਼ਨ ਬਣਾਇਆ ਸੀ ਨੈਸ਼ਨਲ ਜੁਡੀਸ਼ੀਅਲ ਜੀ ਕਮਿਸ਼ਨ ਅਪੋਇੰਟਮੈਂਟ ਕਮਿਸ਼ਨ ਜੀ ਸੇ ਕੌਮੀ ਨਿਆਇਕ ਨਿਯੁਕਤੀ ਕਮਿਸ਼ਨ ਵੀ ਕਹਿ ਸਕਦੇ ਆ ਪਰ ਉਹ ਬਣਾਇਆ ਸੀ ਇਹ 2015 ਚ ਬਣਾਇਆ ਸੀ ਜੀ ਪਾਰਲੀਮੈਂਟ ਨੇ ਬਣਾਤਾ ਸੀ ਹੂੰ ਹੂੰ ਪਾਰਲੀਮੈਂਟ ਦੇ ਬਣਾਉਣ ਤੋਂ ਬਾਅਦ ਜਦੋਂ ਉਹ ਕਾਨੂੰਨ ਨੂੰ ਚੁਣੌਤੀ ਦਿੱਤੀ ਗਈ 15 ਦੇ ਵਿੱਚ ਇੱਕ ਚੁਣੌਤੀ ਦਿੱਤੀ ਸੀ ਤੇ ਅਕਤੂਬਰ ਮਹੀਨੇ ਦੇ ਵਿੱਚ ਉਹਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਜੀ ਜੀ ਮਾਨਯੋਗ ਸੁਪਰੀਮ ਕੋਰਟ ਨੇ ਹੂੰ ਹੂੰ ਇਹ ਪੁਰਾਣਾ ਡਰਾਕੁਲੋਜੀਅਮ ਸਿਸਟਮ ਹੈ ਕਲੋਜੀਅਮ ਸਿਸਟਮ ਦੇ ਮੁਤਾਬਕ ਜੱਜਾਂ ਦੀ ਜਿਹੜੀ ਹੈ ਹੋ ਰਹੀ ਹੈ ਭਰਤੀ ਭਰਤੀ ਅੱਛਾ ਹੈ ਕਲੋਜੀਅਮ ਜਿਹੜੀ ਹੈਗੇ ਸਿਫਾਰਿਸ਼ ਕਰਦੀ ਹੈ ਕਿ ਇਹਨਾਂ ਜੱਜਾਂ ਨੂੰ ਪ੍ਰਮੋਟ ਕਰ ਦਿੱਤਾ ਜਾਵੇ ਤੇ ਆ ਨਵੇਂ ਭਰਤੀ ਕਰ ਲਏ ਜਾਣ ਜੀ ਉਹ ਭੇਜਦੀ ਹੈ ਕੇਂਦਰ ਸਰਕਾਰ ਕੋਲੇ ਜੀ ਕੇਂਦਰ ਸਰਕਾਰ ਨੇ ਫਿਰ ਉਹਦੇ ਤੇ ਪ੍ਰਵਾਨਗੀ ਦੇਣੀ ਹੁੰਦੀ ਹੈ ਲੇਕਿਨ ਪਿਛਲੇ ਸਮੇਂ ਤੋਂ 2014 ਤੋਂ ਜੀ ਇਹ ਕੋਸ਼ਿਸ਼ ਆ ਵੀ ਜਿਹੜੀ ਹੈ ਜੁਡੀਸ਼ਰੀ ਤੇ ਬੈਸੇ ਤਾਂ ਹਰ ਇੱਕ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ 인ਦਰਾ ਗਾਂਧੀ ਦੇ ਜਮਾਨੇ ਚ ਵੀ ਇਹੀ ਖੁਸ਼ ਹੁੰਦਾ ਬਿਲਕੁਲ ਹੁੰਦਾ ਰਹੇ ਜੀ ਜੀ ਦਾ ਬਸ ਲੱਗਦਾ ਜੀ ਜੀ ਦੀ ਜੀ ਦੀ ਮਤਲਬ ਜੀ ਦੀ ਹੋ ਪੈਂਦਾ ਪਾਉਂਦਾ ਪਾਉਂਦਾ ਪਾਉ ਪਹਿਲਾਂ ਉਹ ਲੱਗਦੇ ਹੁੰਦੇ ਸੀ ਪਰ ਇਹਨਾਂ ਨੇ ਤਾਂ ਜਮ੍ਹਾਂ ਹੱਦਾਂ ਬਣੀ ਟੱਪਦੇ ਇਹਨਾਂ ਨੇ ਵੀ ਇੱਕ ਕੰਟਰੋਲ ਸਾਡੇ ਕੋਲੇ ਆ ਜੀ ਹੁਣ ਕਿਉਂਕਿ ਜਿਹੜੀ ਹੈ ਜੁਡੀਸ਼ਰੀ ਇੰਡੀਪੈਂਡੈਂਟ ਹੈ ਜੀ ਇਹਨੂੰ ਉਹਨੂੰ ਕੰਟਰੋਲ ਲੈਣ ਵਾਸਤੇ ਮਤਲਬ ਉਹ ਗੱਲ ਬਣਦੀ ਨਹੀਂ ਇਹਦੇ ਤੇ ਸ਼ੁਰੂ ਚ ਦੇਖੋ ਤੁਸੀਂ ਸਾਡੇ ਜਿਹੜੇ ਹੈਗੇ ਕਾਨੂੰਨ ਮੰਤਰੀ ਰਜੀਜੂ ਜੀ ਉਹਨਾਂ ਨੇ ਕਹਿ ਜੀ ਕਿ ਲੋਜੀਅਮ ਸਿਸਟਮ ਦੇ ਨਾਲੋਂ ਜਿਹੜਾ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਆ ਉਹ ਵਧ ਗਿਆ ਹੂੰ ਹੂੰ ਉਹ ਚਾਹੀਦਾ ਸੀ ਉਹ ਗਲਤ ਹੈ ਜੀ ਅਸੀਂ ਇਹ ਤਾਂ ਠੀਕ ਨਹੀਂ ਹੂੰ ਹੂੰ ਫਿਰ ਜਿਹੜੇ ਹੈਗੇ ਕਾਨੂੰਨ ਤੋਂ ਵਕਫਕਾਰ ਹੈ ਜੀ ਗਵਰਨਰ ਹੈ ਇਹ ਲੰਬਾ ਸਮਾਂ ਬੰਗਾਲ ਦੇ ਜਗਦੀਪ ਧਨਕੜ ਜੀ ਜੀ ਅੱਜ ਕੱਲ ਉਹ ਉਪ ਰਾਸ਼ਟਰਪਤੀ ਹੈ ਤੇ ਰਾਜ ਸਭਾ ਦੇ ਚੇਅਰਮੈਨ ਹੈ ਹੂੰ ਹੂੰ ਅ ਪਿਛਲੇ ਦਿਨ ਜਦੋਂ ਖਬਰ ਕੀਤੀ ਵੀ ਸੀ ਉਹ ਜੈਪੁਰ ਬੋਲੇ ਸੀ ਜੀ ਜੈਪੁਰ ਇੱਕ ਜਿਹੜੀ ਹੈਗੀ ਹੈ ਦੇਸ਼ ਦੇ ਕਾਨੂੰਨ ਮੰਤਰੀਆਂ ਦਾ ਸਮਾਗਮ ਹੋਇਆ ਸੀ ਹੂੰ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਜੀ ਵੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹੂੰ ਇਹ ਜਿਹੜਾ ਕਲੋਜੀਅਮ ਸਿਸਟਮ ਠੀਕ ਨਹੀਂ ਜੀ ਮਤਲਬ ਹੈ ਵੀ ਜੁਡੀਸ਼ਰੀ ਹਾਲਾਂਕਿ ਮੈਂ ਅਸੀਂ ਨਹੀਂ ਕਹਿੰਦੇ ਕਲੋਜੀਅਮ ਸਿਸਟਮ ਪੂਰੀ ਤਰ੍ਹਾਂ ਠੀਕ ਹੈ ਹੂੰ ਹੂੰ ਹੈ ਉੱਥੇ ਵੀ ਭਾਈ ਭਤੀਜਾ ਬਾਤ ਜੀ ਕਿਉਂਕਿ ਜੱਜ ਜੱਜਾਂ ਦੇ ਜੋ ਕਰਨ ਕਰਦੇ ਆ ਬਿਲਕੁਲ ਬਿਲਕੁਲ ਕਰਦੇ ਜੀ ਕਰਦੇ ਪਰ ਜੇ ਸਿੱਧੀ ਪਧਰੀ ਗੱਲ ਹੈ ਵੀ ਸਿਆਸਤਦਾਨਾਂ ਦੇ ਹੱਥ ਆ ਗਈ ਹੂੰ ਹੂੰ ਤੇ ਸਿਆਸਤਦਾਨ ਤਾਂ ਫਿਰ ਆ ਵੀ ਜਿਹੜਾ ਮਰਜ਼ੀ ਚਾਹ ਕੇ ਆਪਾਂ ਹੁਣ ਦੇਖਦੇ ਨਹੀਂ ਹੂੰ ਹੂੰ ਐਡਵੋਕੇਟ ਜਨਰਲ ਦੇ ਜਿਹੜੇ ਜਿਹੜੇ ਭਰਤੀ ਕੀਤੇ ਜਾਂਦੇ ਕਿ ਕਿੱਡੇ ਕਿੱਡੇ ਕੋਈ ਨਹੀਂ ਹੁੰਦੇ ਪਤਾ ਹੀ ਆ ਵੀ ਕਿਸੇ ਨੂੰ ਬੋਲਣਾ ਹੀ ਨਹੀਂ ਆਉਂਦਾ ਜਿਹਦੀ ਪ੍ਰੈਕਟਿਸ ਨਹੀਂ ਚੱਲਦੀ ਉਹ ਬਣਾ ਦਿੰਦੇ ਮੈਂ ਕਹਿੰਦਾ ਜੀ ਜਿਹੜੀ ਜਿਹੜੇ ਤਸੀਲਾਂ 'ਚ ਬੈਠੇ ਸੀ ਹੂੰ ਹੂੰ ਤਸੀਲਾਂ 'ਚ ਬੈਠੇ ਉਹਨਾਂ ਨੂੰ ਬਣਾਉਂਦੇ ਆ ਲੋਕ ਹੂੰ ਹੂੰ ਬੈਸੇ ਤਾਂ ਮਤਲਬ ਨਾਇਬ ਤਸੀਲਦਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਵਕੀਲ ਕਿਤੇ ਵੀ ਪੇਸ਼ ਹੋ ਸਕਦੇ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਵਕੀਲ ਜਿਹੜਾ ਹੈਗਾ ਨਕਮਾ ਹੂੰ ਹੂੰ ਲੇਕਿਨ ਜਦੋਂ ਤੁਸੀਂ ਸਰਕਾਰ ਦੇ ਕੇਸਾਂ ਦੀ ਪੈਰਵੀ ਕਰਾਉਣੀ ਹੈ ਤੇ ਤੁਹਾਨੂੰ ਕਾਬਲੀਅਤ ਤਾਂ ਦੇਖਣੀ ਪੈਦੀ ਹੈ ਬਿਲਕੁਲ ਬਿਲਕੁਲ ਹੁਣ ਜ ਡਾਕਟਰ ਤੇ ਡਾਕਟਰ ਦਾ ਫਰਕ ਹੁੰਦਾ ਇੰਜੀਨੀਅਰ ਤੇ ਇੰਜੀਨੀਅਰ ਦਾ ਵੀ ਫਰਕ ਹੁੰਦਾ ਹੂੰ ਹੂੰ ਇਸੇ ਤਰੀਕੇ ਵਕੀਲ ਵਕੀਲ ਦਾ ਵੀ ਫਰਕ ਹੁੰਦਾ ਜੀ ਸੋ ਕਿਉਂਕਿ ਹੁਣ ਅਡਿਆਲੋਜੀ ਨਾਲ ਵੀ ਲੋਕ ਜੁੜੇ ਹੁੰਦੇ ਹੂੰ ਹੂੰ ਬਹੁਤ ਸਾਰੇ ਵੀ ਦੀ ਆਡਿਆਲੋਜੀ ਦੀ ਆਡਿਆਲੋਜੀ ਜੀ ਇਹ ਆਪਣੀ ਡੈਲੋਜੀ ਵਾਲੇ ਪਰਤੀ ਕਰਨੀ ਚਾਹੁੰਦੇ ਆ ਇਸ ਕਰਕੇ ਜਿਹੜਾ ਹੈਗਾ ਹੁਣ ਕਪਲ ਸਿਵਲ ਨੇ ਇੱਕ ਵੱਡਾ ਅਟੈਕ ਕੀਤਾ ਹੂੰ ਹੂੰ ਉਹਨੇ ਕਹਤੇ ਧਨ ਲਈ ਸਭਾ ਹੋਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਤੇ ਰੁਕਣੀ ਨਹੀਂ ਇਹ ਵਧੂਗੀ ਅੱਛਾ ਕਿਉਂਕਿ 2024 ਚ ਇਲੈਕਸ਼ਨ ਹੋਣੀ ਹੈ 2024 ਤੋਂ ਪਹਿਲਾਂ ਪਹਿਲਾਂ ਹੂੰ ਹੂੰ ਕਿੰਨਾ ਕੁਝ ਜਿਹੜੇ ਹੈਗੇ ਆਉਣੇ ਕਿਹੋ ਜਿਹੇ ਜਿਹੜੇ ਅੱਗੇ ਜਿਹੜੇ ਹੈਗੇ ਚੀਫ ਜਸਟਿਸ ਕੋਈ ਡੀਬੀ ਚੰਦਰਾਚੂਰ ਨੂੰ ਇਹ ਰਾਤ ਰੋਕ ਨਹੀਂ ਸਕੇ ਜੀ ਇਸੇ ਤਰੀਕੇ ਜਿਵੇਂ ਹੁਣ ਦੇਖੋ ਇੱਕ ਮੈਡਮ ਹੈ ਬੀਬੀ ਨਾਗਰਤਨਾ ਜੀ ਉਹਨਾਂ ਨੇ ਅਦੁੱਤਨ ਮਾਮਲੇ ਦੇ ਵਿੱਚ ਜਿਹੜੀ ਹੈਗੀ ਆਪਣੀ opinion ਵੱਖਰੀ ਦਿੱਤੀ ਹੈ ਅੱਛਾ ਜੀ ਕਿ ਮੈਂ ਇਹ ਨਾਲ ਸਹਿਮਤ ਨਹੀਂ ਆ ਹੁਣ ਚਾਹੀਦੀ ਹੈ ਹੂੰ ਹੂੰ ਤੇ ਅਗਲੇ ਸਮੇਂ ਦੇ ਵਿੱਚ ਕਹਿੰਦੇ ਵੀ ਉਸ ਮੈਡਮ ਨੇ ਹੂੰ ਹੂੰ ਅਤਨ ਚਾਰ ਸਾਲਾਂ ਦੇ ਵਿੱਚ ਬਣ ਜਾਣਾ ਚੀਫ ਜਸਟਿਸ ਆਫ ਜੀ ਇਹ ਤੋਂ ਪਹਿਲਾਂ ਤੁਹਾਡੀ ਯਾਦ ਹੋਣਾ ਇੱਕ ਹੋਰ ਜੱਜ ਸਾਹਿਬ ਸੀ ਹੂੰ ਹੂੰ ਜਿਹੜੇ ਜੱਜ ਸਾਹਿਬ ਨੂੰ ਸੁਪਰੀਮ ਕੋਰਟ ਦੇ ਵਿੱਚ ਕਲੋਜੀਅਮ ਨੇ ਵੀ ਸਿਫਾਰਿਸ਼ ਨਹੀਂ ਕੀਤੀ ਸੀ ਅੱਛਾ ਜੀ ਕਿਉਂ ਨਹੀਂ ਕਲੋਜੀਅਮ ਨੇ ਸਿਫਾਰਿਸ਼ ਕੀਤੀ ਸੀ ਕਿਉਂਕਿ ਉਹਨਾਂ ਨੇ ਚੀਫ ਜਸਟਿਸ ਬਣਨਾ ਸੀ ਜੇ ਉਹਨਾਂ ਦੀ ਕਲੋਜੀਅਮ ਦੇ ਵਿੱਚ ਸਿਫਾਰਿਸ਼ ਹੋ ਜਾਂਦੀ ਉਹਦੋਂ ਭਰਤੀ ਹੋ ਜਾਂਦੇ ਜੀ ਤੇ ਚੀਫ ਜਸਟਿਸ ਉਹਨਾਂ ਨੇ ਬਣਨਾ ਸੀ ਤੇ ਉਹ ਜੱਜ ਸਾਹਿਬ ਕੌਣ ਸੀ ਹੂੰ ਹੂੰ ਉਹ ਜੱਜ ਸਾਹਿਬ ਉਹ ਸੀ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਰਹਿੰਦੇ ਆ ਹੂੰ ਹੂੰ ਉੱਥੋਂ ਦੀ ਸਰਕਾਰ ਦੇ ਮੁਤਾਬਕ ਨਹੀਂ ਉਹਦੇ ਇਹ ਚਲ ਉਲਟਾ ਫੈਸਲਾ ਲੈਸ ਜਿਸ ਕਰਕੇ ਜਿਹੜੀ ਇਹ ਗੱਲ ਕਹਿ ਰਿਹਾ ਕਪਨ ਸਿਮਪਲ ਗੱਲ ਬਿਲਕੁਲ ਠੀਕ ਹੈ ਸਰਕਾਰਾਂ ਪਹਿਲਾਂ ਵੀ ਕਰਦੀ ਹੁੰਦੀਆਂ ਲੇਕਿਨ ਸਰਕਾਰ ਇਹ ਤਿੱਖੀ ਥੋੜੀ ਜੀ ਜ਼ਿਆਦਾ ਹੈ ਦੂਜੇ ਨੂੰ ਤੇਜ਼ ਭੱਜ ਤੇਜ਼ ਭੱਜਦੀ ਹੈ ਥੋੜਾ ਜਿਹਾ ਜਿਵੇਂ ਆਪ ਕਹਿੰਦੇ ਨਾ ਫਲਾਨਾ ਪਿੰਡ ਚ ਕਹਿੰਦੇ ਬੰਦਾ ਬੜਾ ਤੇਜ਼ ਹੁਸ਼ਿਆਰ ਬਣਦਾ ਹੈ ਹਾਂਜੀ ਹਾਂਜੀ ਪਰ ਉਹ ਹੁਸ਼ਿਆਰ ਨਹੀਂ ਹੁੰਦਾ ਉਹ ਹੁਸ਼ਿਆਰੀ ਉਹਦੀ ਫੜੀ ਜਾਂਦੀ ਉਹ ਹੁਸ਼ਿਆਰ ਨਹੀਂ ਹੁੰਦਾ ਉਹ ਹੁਣੇ ਫੜੀ ਜਾ ਰਹੀ ਹੈ ਇਹ ਇਹ ਫੜੀ ਜਾ ਰਹੀ ਹੈ ਕਦੇ ਤੁਸੀਂ ਦੇਖਿਆ ਵੀ ਹੁਣ ਜੱਜ ਵੀ ਥੋੜਾ ਥੋੜਾ ਪਹਿਲਾਂ ਤਾਂ ਜੱਜ ਕੁਸਕਦੇ ਨਹੀਂ ਸੀ ਜੀ ਹੁੰਦੇ ਵੀ ਥੋੜਾ ਥੋੜਾ ਬੋਲਣ ਲੱਗ ਪਏ ਐ ਵਕੀਲ ਵੀ ਬੋਲਣ ਲੱਗ ਪਏ ਐ ਹਮ ਹਮ ਔਰ ਤੁਸੀਂ ਇਹ ਦੇਖੋ ਕਿ ਜਿਹੜੀ ਆ ਤੁਸੀਂ ਵੀ ਗੱਲ ਕਰਕੇ ਹਟਿਓ ਪਹਿਲਾਂ ਆਪਾਂ ਯਾਤਰਾ ਦੀ ਗੱਲ ਕਰਕੇ ਥੇ ਹਮ ਹਮ ਇਸ ਯਾਤਰਾ ਦੇ ਵਿੱਚ ਪੰਜਾਬ ਚ ਆਇਆ ਐ ਰਾਹੁਲ ਗਾਂਧੀ ਜੀ ਜੀ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਬਾਰੇ ਗੱਲ ਨਹੀਂ ਕੀਤੀ ਉਹਦਾ ਅਟੈਕ ਕਿੱਥੇ ਉਹਦਾ ਅਟੈਕ ਟੋਟਲ ਸੈਂਟਰ ਤੇ ਐ ਜੀ ਬਿਲਕੁਲ ਉਹ ਕਹਿੰਦਾ ਸੈਂਟਰ ਤੇ ਉਹ ਕਹਿੰਦਾ ਸੈਂਟਰ ਸਾਰਾ ਖੁਸ਼ੀ ਮਤਲ ਜਿਹੜੀ ਹੈਗੀ ਹੜਪੀ ਜਾਂਦੀ ਐ ਦੋ ਹਮ ਤੋਂ ਹਮਾਰੇ ਦੋ ਹਮ 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 ਦੋ ਹਮਾਰੇ ਦੋ ਉਹਤੇ ਗੱਲ ਹੁੰਦੀ ਹੈ ਕਿ ਇਹ ਕਹਿੰਦੇ ਦੋ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਹੂੰ ਹੂੰ ਤੇ ਨਾਲ ਜਿਹੜੇ ਹੈਗੇ ਦੋ ਅਦਾਨੀ ਤੇ ਰਬਾਨੀ ਅਦਾਨੀ ਤੇ ਰਬਾਨੀ ਸਾਰਾ ਕੁਝ ਨਾ ਕੋਲ ਜਾ ਰਿਹਾ ਹੈ ਕਹਿੰਦੇ ਜੁਡੀਸ਼ਰੀ ਦੇ ਕਬਜ਼ਾ ਹੋ ਰਿਹਾ ਸਭ ਕਾਸਤੇ ਕਬਜ਼ਾ ਹੋ ਰਿਹਾ ਇੱਥੋਂ ਤੱਕ ਉਹਨੇ ਤੱਕ ਕਿ ਮੈਨੂੰ ਕਿਉਂ ਨਾ ਪਿਆ ਹੂੰ ਹੂੰ ਮੈਨੂੰ ਕਹਿੰਦਾ ਇਸ ਕਰਕੇ ਹੋਣਾ ਪਿਆ ਕਿ ਉੱਥੇ ਸਾਡਾ ਮਿਊਟ ਕਰ ਦਿੰਦੇ ਅੱਛਾ ਜੀ ਪਾਰਲੀਮੈਂਟ 'ਚ ਬੋਲਦੇ ਆ ਕਹਿੰਦੇ ਆ ਮੇਰਾ ਮੂੰਹ ਬੋਲ ਹਲਦਾ ਦਿਖਦਾ ਪਰ ਉਹ ਆਵਾਜ਼ ਜਿਵੇਂ ਇੱਥੇ ਪੰਜਾਬ 'ਚ ਕਿਲੀ ਕੱਢਦੇ ਹੁੰਦੇ ਕਿਲੀ ਕੱਢਦੇ ਮਿਊਟ ਕਰ ਦਿੰਦੀ ਆ ਕਹਿੰਦੇ ਦਾਸ ਹਲਕ ਤੇ ਹੋਣਾ ਤੇ ਫਿਰ ਤਾਂ ਇਹ ਤਾਂ ਕੁਝ ਨਹੀਂ ਗਿਆ ਫਿਰ ਤਾਂ ਕਨਸਟੀਟਿਊਸ਼ਨ ਵੀ ਬਦਲੂਗਾ ਸਭ ਕੁਝ ਹੀ ਬਦਲੂਗਾ ਕਨਸਟੀਟਿਊਸ਼ਨ ਦਾ ਤੁਸੀਂ ਜ਼ਿਕਰ ਕੀਤਾ ਵੀ ਸੀ ਕਾਰੀ ਮਤਰਾ ਫਿਰ ਤਾਂ ਸੋਸ਼ਲ ਮੀਡੀਆ ਤੇ ਜੀ ਜੀ ਤੇ ਟੇਲੋ ਸਭ ਹੁਣ ਆ ਜੀਏ ਅਕਾਲੀ ਦਲ ਦੀ ਗੱਲ ਵੀ ਕਰ ਲਈਏ ਅਕਾਲੀ ਦਲ ਨੂੰ ਹੁਣ ਆਪਦਾ ਇੱਕ ਪੁਰਾਣਾ ਸਾਥੀ ਮਿਲਿਆ ਸੀ ਬਹੁਜਨ ਸਮਾਜ ਪਾਰਟੀ ਬਿਲਕੁਲ ਜੀ ਇਹ ਕਹਿੰਦੇ ਜੀ ਕਿਉਂਕਿ ਜਦੋਂ ਲੋਕਾਂ ਨੇ ਵੀਾਇਤ ਕੀ ਇਹਨਾਂ ਨੇ ਕੀਤਾ ਉਹ ਕਹਿੰਦੇ ਨਹੀਂ ਅਸੀਂ ਪਹਿਲਾਂ ਵੀ ਬਹੁਤ ਵਾਰੀ ਕੀਤਾ ਤੇ ਸਾਡਾ ਬੀਜੇਪੀ ਨਾਲ ਕੱਲਾ ਨਹੀਂ ਰਿਹਾ ਸਾਡਾ ਬਹੁਜਨ ਸਮਾਜ ਪਾਰਟੀ ਨਾਲ ਵੀ ਰਿਹਾ ਹੂੰ ਬੀ ਐਸਪੀ ਬਬ ਜੇ ਦੀ ਥਾਂ ਤੇ ਅਸ ਕਰਤਾ ਸੀ ਕਹਿੰਦੇ ਸੀ ਹੁਣ ਮਾਇਆਬਤੀ ਵੀ ਥੋੜੀ ਜੀ ਐਕਟਿਵ ਹੋਈ ਪਈ ਐ 24 ਨੂੰ ਲੈ ਕੇ ਕੀ ਲੱਗਦਾ ਕਿ ਇਹਨਾਂ ਦਾ ਜਿਹੜੀ ਗੰਢ ਤੁੱਪੀ ਕਹੂੰਗਾ ਗੱਠ ਜੋੜ ਦੀ ਗੰਢ ਤੁੱਪ ਗੱਠ ਜੋੜ ਤਾਂ ਮੈਂ ਕੰਨਾ ਹਿੰਦੀ ਦਾ ਸ਼ਬਦ ਆ ਤੇ ਇਹ ਗੰਢ ਤੁੱਪੀ ਹੁੰਦੀ ਹੈ ਗੰਢ ਤੁੱਪਾ ਗੰਢ ਤੁੱਪਾਂ ਜੀ ਹਾਂ ਅਸਲ ਦੇ ਵਿੱਚ ਮਾਇਆ ਮਾਇਆਬਤੀ ਬੀਬੀ ਮਾਇਆਬਤੀ ਜਿਹੜੀ ਬਸਪਾ ਦੀ ਸਭ ਕੁਝ ਹੀ ਐ ਹੂੰ ਹੂੰ ਉਹੀ ਸਰਵੇ ਸਰਵੇ ਜੀ ਉਹਦਾ ਜਨਮ ਦਿਨ ਸੀ ਹੂੰ ਹੂੰ 78ਵਾਂ ਜਨਮ ਦਿਨ ਜੀ ਉਹਦੇ ਦੇ ਜੀ ਫਿਰ ਉਹਨੇ ਆਪਦਾ ਆਪਣੇ ਵਿਚਾਰ ਰੱਖੇ ਹੈ ਹਾਂ ਹਾਂ ਉਹਨੇ ਕਹਿੰਦਾ ਲਓ ਜੀ ਹੁਣ ਅਸੀਂ ਗਾਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਆਪ ਦੇ ਗਮ ਖਮਤੇ ਹੀ ਅਸੀਂ ਚੋਣਾ ਲੜਾਂਗੇ ਹੂੰ ਹੂੰ ਕਹਿੰਦੇ ਵੀ ਸਾਡੇ ਨਾਲ ਸਮਝੌਤਾ ਕਰਕੇ ਜੀ ਦੂਜੀਆਂ ਪਾਰਟੀਆਂ ਦਾ ਖੱਟ ਜਾਂਦੀ ਹੈ ਹੂੰ ਹੂੰ ਅਸੀਂ ਆਪਣੀ ਵੋਟ ਬੈਂਕ ਉਹਨਾਂ ਨੂੰ ਚੜਾ ਦਨੇ ਹੂੰ ਹੂੰ ਉਹ ਆਪਦੀ ਵੋਟ ਬੈਂਕ ਸਾਨੂੰ ਨਹੀਂ ਚੜਾਉਂਦੇ ਸਾਨੂੰ ਹੁੰਦਾ ਨੁਕਸਾਨ ਅੱਛਾ ਜੀ ਤੇ ਅਸੀਂ ਤਾਂ ਆਪ ਦੇ ਬਲਬੂਤੇ ਤੇ ਚੋਣ ਆਪਦਾ ਹੀ ਰੱਖਾਂਗੇ ਇਹ ਗੱਲ ਬਾਬੂ ਕਾਸ਼ੀਰਾਮ ਵੀ ਕਹਿੰਦੇ ਹੁੰਦੇ ਸੀ ਬਾਬੂ ਕਾਸ਼ੀਰਾਮ ਬਹੁਤ ਡਿਪਲੋਮੈਟਿਕ ਸੀਗੇ ਔਰ ਬੜੇ ਮਤਲਬ ਮਜੇ ਹੋਏ ਸਿਆਸਤਦਾਨ ਸੀ ਉਹ ਬੰਦੇ ਨੂੰ ਇਸਤੇਮਾਲ ਵੀ ਕਰ ਲੈਂਦੇ ਸੀ ਛੱਡ ਵੀ ਦਿੰਦੇ ਸੀ ਇਹ ਜਦੋਂ ਹੁਣ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਤਾਂ ਜੀ ਇਹ ਨਹੀਂ ਕਰਾਂਗੇ ਤੇ ਅਗਾ ਫਿਰ ਸਭ ਤੋਂ ਉਹਨਾਂ ਦਾ ਹੁਣ ਸਮਝੌਤਾ ਹੈ ਦੇਸ਼ ਦੇ ਵਿੱਚ ਕਿਹਦੇ ਨਾਲ ਕਾਲਾ ਕਲੀ ਨਾਲ ਪੰਜਾਬ ਦੇ ਵਿੱਚ ਕਾਲੀ ਦਲ ਨਾਲ ਜਿਹੜੀ ਇਲੈਕਸ਼ਨ ਲੜੀ ਹੈ 2022 ਦੀ ਕਾਲੀ ਦਲ ਦੇ ਤਿੰਨ ਅਗੇ ਸੀ ਤੇ ਉਹਨਾਂ ਦਾ ਇੱਕ ਅਗੇ ਸੀ ਚੌਥਾ ਹਿੱਸਾ ਉਹਨਾਂ ਨੂੰ ਆ ਗਿਆ ਸੀ ਕਾਲੀ ਦਲ ਵੀਰੇ ਗੱਠ ਛੋੜਦਾ ਜੀ ਪਰ ਉਹ ਕਹਿੰਦੇ ਵੀ ਨਹੀਂ ਸਾਨੂੰ ਉਨੀ ਨਹੀਂ ਬੜੀ ਹਾਲਾਂਕਿ ਜੇ ਆਪਾਂ 2017 ਦੇ ਮੁਕਾਬਲੇ ਦੇਖੀ ਤੇ 2022 ਦੇ ਵਿੱਚ ਉਹਨਾਂ ਦਾ ਵੋਟ ਪਰਸੈਂਟੇਜ ਵਧਿਆ ਹੂੰ ਹੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਾਲੀਦਲ ਵਾਲੇ ਆਏ ਇੱਕ ਵੀ ਭਾਜੀਪੀ ਨਾਲ ਕੀ ਸਾਡਾ ਬੀਐਸਪੀ ਨਾਲ ਵੀ ਹੈ ਜੀ ਇਹ ਬੀਐਸਪੀ ਨਾਲ ਇਹਨਾਂ ਦਾ 1996 'ਚ ਵੀ ਹੋਇਆ ਸੀ ਹੂੰ ਹੂੰ 1996 ਦੇ ਵਿੱਚ ਲੋਕ ਸਭਾ ਦਾ ਵੀ ਬੀਐਸਪੀ ਨਾਲ ਹੋਇਆ ਸੀ ਜੀ ਲੇਕਿਨ ਬੀਐਸਪੀ ਨੂੰ ਕੰਫੀਡੈਂਸ ਚ ਲੈ ਤੋ ਵਗੈਰ 1996 ਦੇ ਵਿੱਚ ਹੀ ਇਹਨਾਂ ਨੇ ਹਮਾਇਤ ਕਰਤੀ ਸੀ ਭਾਜੀਪੀ ਦੀ ਹੂੰ 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 ਦੇ 97 ਦੇ ਵਿੱਚ ਸਮਝੌਤਾ ਬੀਜੇਪੀ ਨਾਲ ਕਰ ਲਿਆ ਸੀ ਸਮਝੌਤਾ ਉਹਦੋਂ ਕਾਲੀ ਦਲ ਨਾਲ ਆਇਆ ਨਾ ਤੁਸੀਂ ਇਹ ਖਬਰ ਜਿਹੜੀ ਦਾਨੇ ਵਾਲੀ ਆ ਸਭ ਆਈ ਤੇ ਨਾਲ ਦੀ ਨਾਲ ਹੀ ਖਲਬੀ ਮੱਚ ਗਈ ਸਾਰੇ ਪਾਸੇ ਸਿਆਸੀ ਵਾਲ ਕਿੰਜ ਵੀ ਹੁਣ ਹੋਊਗਾ ਕੀ ਜੀ ਕਾਲੀ ਦਲ ਨਾਲ ਤਾਂ ਭਾਈ ਤੋੜ ਵਿਛੜਾ ਹੋਊਗਾ ਜੀ ਫਿਰ ਦਵਾਬ ਜੀ ਇੰਤਜ਼ਾਮ ਕੀਤਾ ਹਮ ਹਮ ਇੰਤਜ਼ਾਮ ਕੀਤਾ ਤਾਂ ਫਿਰ ਜਿਹੜਾ ਪੰਜਾਬ ਦਾ ਇੰਚਾਰਜ ਹੈ ਹਮ ਹਮ ਉਹ ਤੋਂ ਇੱਕ ਬਿਆਨ ਆਇਆ ਜੀ ਉਹ ਕਹਿੰਦਾ ਜੀ ਨਹੀਂ 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 ਇਹ ਤਾਂ ਜਿਹੜਿਆ ਨੈਸ਼ਨਲ ਲੈਵਲ ਤੇ ਹੋਰ ਗੱਲ ਕੀਤੀ ਹੈ ਕਾਲੀ ਦਲ ਨਾਲ ਸਾਡਾ ਸਮਝੌਤਾ ਰਹੂਗਾ ਹਮ ਹਮ ਫਿਰ ਦਿਲਜੀਤ ਸਚਿਮਾ ਵੀ ਪਹੁੰਚ ਕੇ ਕਹਿੰਦੇ ਆ ਦੇਖੋ ਜੀ ਕਹਿ ਦਤਾ ਉਹਨਾਂ ਦੇ ਜਿਹੜੇ ਇਨਚਾਰਜ ਨੇ ਸਮਝਾਉਂਦਾ ਸਾਡਾ ਨਾ ਰਹੂਗਾ ਇਹ ਗੱਲ ਉਹਨੇ ਕਹੀ ਥੀ ਮੰਨ ਲੈਣੀ ਰਹੂਗਾ ਪਰ ਬੀਬੀ ਮਾਇਆਬਤੀ ਦੀ ਗੱਲ ਦੇਖੀ ਤੇ ਕਿੰਨੇ ਵਾਰੀ ਸਮਝਾਉਤੇ ਕਿਹਦੇ ਨਾ ਕੀਤੇ ਤੇ ਖੜੀ ਖੜੋਤੀ ਸਮਝਾਉਤਾ ਤੋੜਨ ਦੀ ਸੀ ਸਵਾਲੇ ਕੇ ਐਸ ਫੁਲ ਕ੍ਰੈਡੀਬਿਲਟੀ ਕਾਲੀ ਜਲਦੀ ਕਾਫੀ ਜੜੀ ਹੈਗੀ ਥੱਲੇ ਨੂੰ ਚਲੀ ਗਈ ਜੀ ਤੇ ਆ ਹੁਣ ਤੁਸੀਂ ਦੇਖਿਆ ਉਹਨਾ ਪਿਛਲੇ ਦਿਨਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੁਮਦੀ ਸੀਗੀ ਆ ਵੀਡੀਓ ਵੀਡੀਓ ਉਹਲੇ ਸੁਖਵੀਰ ਸਿੰਘ ਬਾਦਲ ਕਹੀ ਜਾਂਦਾ ਕਹਿੰਦਾ ਯਾਰ ਹੁਣ ਕਰੀਏ ਕੀ ਟੰਕਾ ਪੇ ਨਜ਼ਰ ਆ ਲੈਂਦੇ ਕੋਈ ਬੰਦ ਸੁਭ ਤਾਂ ਕੁਛ ਨਾ ਕੁਛ ਕਰਦੇ ਪਰ ਰਹੀ ਤੈਨ ਰਹੀ ਤਨ ਕਹਿੰਦੇ ਜੀ 25 ਦਾ ਕੁਛ ਨਾ ਫਿਰ ਤਾਂ ਕੁਛ ਨਾ ਕੁਛ ਕਰ ਲੈਂਦੇ ਸੀ ਬੰਦਾ ਸੇ ਕਰੀਏ ਬੰਦਾ ਭਲਾ ਮਰਦਾ ਯਾਰ ਬੰਦਾ ਵਧੀਆ ਬੰਦਾ ਇਹ ਬੇਇਮਾਨੀ ਨਹੀਂ ਹੈ ਬੇਇਮਾਨੀ ਸੱਚ ਬੋਲਦਾ ਬੰਦਾ ਕਹਿੰਦਾ ਹੁਣ ਕਰੀਏ ਜੇ ਬੰਦਾ ਹੀ ਤੇਨੇ ਤੰਡਾ ਨਾਲ ਬੱਕਰੀਏ ਕੀ ਉਹਨੇ ਤਿੰਨਾਂ ਨੇ ਉੱਤੇ ਨਾਲ ਹੀ ਗੱਲ ਮੈਨੂੰ ਲੱਗਦੀ ਹੈ ਵੀ ਮਾਮਲਾ ਜਿਹੜੀ ਹੈ ਨਾ ਹਮ ਕਾਕਨ ਲੱਭੋਲਦਾ ਘੁੱਟੇ ਦੀ ਉਹ ਤਿੰਨਾਂ ਚ ਵੀ ਦੋ ਹੀ ਇੱਕ ਤਾਂ ਬਹੁਜਨ ਸਮਾਜ ਪਾਰਟੀ ਦੇ ਖਾਤੇ ਚ ਆਏ ਹੋਏ ਨਾ ਚਲੋ ਆਪ ਟਿੱਕਦਾ ਨਹੀਂ ਦਿੱਤੀ ਹੈ ਅਗਲੇ ਦੋ ਹਾਸਾ ਵੀ ਦੁਮਾਗਾ ਨੂੰ ਵੀ ਸ਼ਹਿਦ ਦੇ ਚ ਆ ਜੀਏ ਇਸ ਕਰਕੇ ਉਹ ਜਿਹੜੀ ਉਹ ਸੁਖਵੀਰ ਸਵਾਪੀ ਦੱਸ ਨਜ਼ਰ ਕਰੀਏ ਕਿ ਹੁਣ ਜੋ ਰਹੀ ਤਨ ਕੇ ਉਹ ਦੂਜੇ ਵੀ ਫਿਰ ਦੇਖਦੇ ਮੈਨੂੰ ਸਮਝੌਤਾ ਕਰਕੇ ਕਰਾਂਗੇ ਕਿ ਐਦਾ ਤੈਨਹੀਂ ਇਹਦੇ ਚ ਕੱਢਾਂਗੇ ਕਿ ਜਿਹੜੇ ਆਪ ਤੈਨਾਂ ਹੁਣ ਸਾਨੂੰ 30ਵੇਂ ਕਰਵਾ ਦੇਣਗੇ ਉਧਰ ਢੱਲਾ ਸਾਹਿਬ ਜਿਹੜਾ ਹੁਣ ਜਗਮੀਤ ਬਰਾੜ ਤੇ ਢੀਂਡ ਸਾਹਿਬ ਤੇ ਵੀ ਬੀ ਜੰਗੀਰ ਕੋਰ ਇਨਾਂ ਨੇ ਵੀ ਆਪ ਦਾ ਇੱਕ ਟਿਕੜੀ ਬਣਾਈ ਐ। ਇਹ ਕੀ ਲੱਗਦਾ ਵੀ ਇਹਦੇ ਤੇ ਕੰਮ ਕਰ ਲੈਣ ਦਿਓ। ਮੇਰੇ ਤੇ ਆਪਾਂ ਡਿਸਕਸ ਕਰਾਂਗੇ ਫਿਰ ਇਹਦੇ ਚ ਕਿ ਕੋਈ ਗੱਲ ਕੁਛ ਹੈਗੀ ਐ। ਹਾਂ। ਕਿਉਂਕਿ ਜਿਹੜੀ ਜਿਹੜੀ ਇੱਕ ਗੱਲ ਤਾਂ ਸਪਸ਼ਟ ਐ ਨਾ ਕਿ ਅਸ਼ਵਨੀ ਸ਼ਰਮਾ ਵੀ ਕਹ ਰਿਹਾ ਵਾਰ-ਵਾਰ ਹੂੰ ਕਿ ਕਾਲੀਦਨ ਨਾਲ ਸਮਝੌਤਾ ਲਈ। ਹਾਂ। ਕਿਹੜੇ ਕਾਲੀਦਨ ਨਾਲ? ਬਾਦਲ ਕਾਲੀਦਨ। ਬਾਦਲ ਕਾਲੀਦਨ। 24 ਦੇ ਵਿੱਚ ਸਮਝੌਤਾ ਕਹਿੰਦੇ ਕਿਉਂਕਿ 17 ਦੇ ਵਿੱਚ ਸਮਝੌਤਾ 22 ਦੇ ਵਿੱਚ ਸਮਝੌਤਾ ਉਹਨਾਂ ਦਾ ਢੀਡਸਾ ਗਰੁੱਪ ਨਾ ਰਹੇ ਹਮ 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 ਐਤਕੀ ਜਿਹੜਾ ਉਹਨਾਂ ਦਾ ਤੁਹਾਡਾ ਸੰਗਰੂਰ ਦੇ ਵਿੱਚ ਫੇਰ ਸਮਝੌਤਾ ਰਹੇ 22 ਇਲੈਕਸ਼ਨ ਦੇ ਵਿੱਚ ਅਕਾਲੀਆਂ ਨੇ ਤਾਂ ਢੀਡਸਾ ਗਰੁੱਪ ਨੇ ਤਾਂ ਮਦਦ ਕੀਤੀ ਕੀਤੀ ਬੀਜੇਪੀ ਦੀ ਤੇ ਬੀਜੇਪੀ ਦਾ ਬੰਦਾ ਚੌਥੇ ਨੰਬਰ ਤੇ ਆਇਆ ਪੰਜਵੇਂ ਨੰਬਰ ਤੇ ਆਉਂਦਾ ਹੈ ਜੀ ਅਕਾਲੀ ਦਲ ਦਾ ਹਮ ਹਮ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਨਾਲ ਤਾਂ ਸਮਝੌਤਾ ਹੋ ਜੀ ਉਸ ਵੇਲੇ ਤੱਕ ਆਪਾਂ ਨੂੰ ਇਹ ਕੰਮ ਮੈਂ ਐਸੇ ਕਰਕੇ ਕਹਣਾ ਆਪਾਂ ਨੂੰ ਵੇਖਣ ਦੀ ਜੇ ਲੋੜ ਹੈ ਵੀ ਅਜੇ ਤੋੜ ਭੱਜ ਕਿਹਦੀ ਹੁੰਦੀ ਹੈ ਉਹ ਤੋੜ ਭੱਜ ਜਿਹੜੀ ਹੁੰਦੀ ਹੈ ਨਾ ਕਿੰਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਬੜਾ ਕੁਝ ਨਿਰਪਰ ਹੈ ਜੀ ਸੋ ਸ਼ੁਕਰਗੁਜ਼ਾਰ ਸਭ ਤੋਂ ਵੱਧ ਮਿਹਰਬਾਨੀ ਤੇ ਪ੍ਰੋਗਰਾਮ ਦੇ ਵਿੱਚ ਫਿਰ ਦਾ ਹਾਲ ਦੀ ਘੜੀ ਇੱਕ ਛੋਟਾ ਜਿਹਾ ਬ੍ਰੇਕ ਕੁਝ ਵਪਾਰਕ ਸਨੇਹਾ ਬਾਦ ਮਿਲਦੇ ਜੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ